ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵਾ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵਾ ਹਰ ਜਾਨਾ ਰਾਮ ਨਾਮ ਗੁਣ ਗਾਵਾ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵਾ ਰਹਾਉ ਜੋ ਕਿਸ ਕਰੇ ਸੋ ਆਪੇ ਸੁਆਮੀ ਹਰ ਆਪੇ ਕਾਰ ਕਮਾਵਾ ਹਰ ਆਪੇ ਹੀ ਮਤ ਦੇਵੇ ਸੁਆਮੀ ਹਰ ਆਪੇ ਬੋਲ ਬੁਲਾਵਾ ਹਰ ਆਪੇ ਪੰਜ ਤਤ ਬਿਸਥਾਰਾ ਵਿਚ ਤਤ ਪੰਜ ਆਪ ਭਾਵਾਂ ਜਨਾਨਾਨਕ ਸਤਿਗੁਰ ਮੇਲੀ ਆਪੇ ਹਰਿ ਆਪੇ ਝਗਰ ਚੁਕਾਵਾਂ ਹਰਿ ਆਪੇ ਪੰਜ ਤਾਤੂ ਬਿਸਥਾਰਾ ਵਿਚ ਤਾਤੂ ਪੰਜ ਆਪ ਪਾਵਾਂ ਜਨ ਨਾਨਕ ਸਤਿਗੁਰ ਮਿਲੀ ਆਪੀ ਹਰਿ ਆਪੇ ਝਗਰ ਚੁਕਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਹਿਬੂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੈਠੇ ਹੋਏ ਸਤਸੰਗੀ ਜਨੂ ਜੀ ਫਤਿਹ ਦੀ ਸਾਂਝ ਬਖਸ਼ਿਸ਼ ਕਰੋ ਸਾਰੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਤਾਂ ਤਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਦਰਬਾਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਅੱਜ ਦਾ ਜੋ ਪਾਵਨ ਮੁਖਵਾਕ ਸਾਨੂੰ ਬਖਸ਼ਿਸ਼ ਹੋਇਆ ਹੈ संतन श्री गुरु रामदास महाराज जी ਦਾ ਉਚਾਰਣ ਕੀਤਾ ਹੋਇਆ ਅੱਜ ਵਾਲਾ ਪਾਵਨ ਮੁਖਵਾਕੇ ਫੈਦਲ ਰਾਸਿ ਹੋਰਾਂ ਤੋਂ ਆਪਣੇ ਬੜੇ ਪਿਆਰ ਨਾਲ ਪਾਠ ਸਰਵਣ ਕੀਤਾ ਹੈ ਗੁਰੂ ਸਾਹਿਬ ਜੀ ਦਾ ਓਟ ਆਸਰਾ ਲੈਣ ਵਾਸਤੇ ਆਸ਼ੀਰਵਾਦ ਲੈਣ ਵਾਸਤੇ ਸਾਰੀ ਸੰਗਤ ਕਿਰਪਾ ਕਰੋ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਵਾਰੀ ਹੋਰ ਕਿਰਪਾ ਕਰੋ ਸਤਨਾਮ ਸ੍ਰੀ ਵਾਹਿਗੁਰੂ ਹਾਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਰਾੜੀ ਮਹਲਾ ਚੌਥਾ ਰੌਗ ਬਿਰਾੜੀ ਹੈ ਤਨ ਤਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਚੌਥੇ ਗੁਰੂ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਮੁਖਵਾਕ ਹੈ ਜੀ ਹਰ ਜਾਨਾ RAM ਨਾਮ ਗੁਣ ਗਾਵਾ ਸਤ ਸੰਗ ਜੋ ਪਰਮੇਸ਼ਰ ਦੇ ਪਿਆਰੇ ਦੀ ਜ਼ਿੰਦਗੀ ਦਾ ਮਨੋਰਥ ਹੈ ਪ੍ਰਭੂ ਦੇ ਪਿਆਰਿਆਂ ਦੀ ਜ਼ਿੰਦਗੀ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਪ੍ਰਭੂ ਦੇ ਪਿਆਰਿਆਂ ਦੀ ਜੀਵਨ ਦਾ ਇੱਕੋ ਹੀ ਨਿਸ਼ਾਨਾ ਹੈ ਇੱਕੋ ਹੀ ਮਕਸਦ ਹੈ ਪਰਮੇਸ਼ਰ ਦੇ ਨਾਲ ਜੁੜੇ ਰਹਿਣਾ ਪਰਮੇਸ਼ਰ ਦੇ ਗੁਣ ਗਾਉਂਦੇ ਰਹਿਣਾ ਪਰਮੇਸ਼ਰ ਦੇ ਗੁਣ ਗਾਉਂਦੇ ਆਂ ਗਾਉਂਦੇ ਆਂ ਪ੍ਰਭੂ ਦੇ ਪਿਆਰੇ ਦੀ ਅਵਸਥਾ ਇੱਥੋਂ ਤੱਕ ਪਹੁੰਚ ਜਾਂਦੀ ਹੈ ਅਖ ਜੀਵਾ ਵਿਸਰਿਆ ਮਰ ਜਾਉਂ ਬਾਬਾ ਕਬੀਰ ਜੀ ਕਹਿੰਦੇ ਨੇ ਹੇ ਮੇਰੀ ਮਾਂ ਇਸ ਕਰਕੇ ਮੇਰੇ ਕੋਲ ਕਦੇ ਕਦੇ ਧਾਗੇ ਆਂ ਦਾ ਖੱਡੀ ਦਾ ਕੰਮ ਛੁੱਟ ਜਾਂਦਾ ਹੈ ਜਦੋਂ ਮੈਂ ਨਲਣੀ ਦੇ ਵਿੱਚੋਂ ਦੀ ਧਾਗਾ ਲਗਾਉਂਦਾ ਹਾਂ ਮੇਰਾ ਧਿਆਨ ਉਸ ਪਾਸੇ ਹੋ ਜਾਂਦਾ ਹੈ ਓਨਾ ਚਿਰ ਮੇਰਾ ਸਿਮਰਨ ਟੁੱਟ ਜਾਂਦਾ ਹੈ ਜਬ ਲਗ ਧਾਗਾ ਬਾਹੂ ਬੇਹੀ ਤਬ ਲਗ ਵਿਸਰੇ ਰਾਮ ਸਨੇਹ ਧੰਨ ਗੁਰੂ ਅਰਜਨ ਦੇ ਮਹਾਰਾਜ ਵੀ ਕਹਿੰਦੇ ਨੇ ਪਰਮੇਸ਼ਰ ਦਾ ਨਾਮ ਜਪਾਂ ਤੇ ਜਿਉਂਦਾ ਹਾਂ ਨਹੀਂ ਤੇ ਮੈਂ ਮਰ ਜਾਂਦਾ ਹਾਂ ਨਾਨਕ ਨਾਮ ਲੈ ਤਾਂ ਜੀਵਾਂ ਬਸ ਮੈਂ ਤੇ ਜਿਉਂਦਾ ਹੀ ਪਰਮੇਸ਼ਰ ਦੇ ਨਾਮ ਤੇ ਆਸਰੇ ਤੇ ਹਾਂ ਸਾਧ ਸੰਗਤ ਦੁਨੀਆ ਦੇ ਹਰ ਬੰਦੇ ਨੂੰ ਕੋਈ ਨਾ ਕੋ ਲੋੜ ਹੈ ਕੋਈ ਨਾ ਕੋ ਸਾਡੇ ਅੰਦਰ ਭੁੱਖ ਹੁੰਦੀ ਹੈ ਭਾਈ ਮਰਦਾਨਾ ਕਹਿੰਦਾ ਬਾਬਾ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਜਿਹੜੇ ਪਰਮੇਸ਼ਰ ਦੇ ਪਿਆਰੇ ਹੁੰਦੇ ਨੇ ਉਨਾਂ ਨੂੰ ਤੇ ਕੋਈ ਭੁੱਖ ਨਹੀਂ ਹੁੰਨੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਹਜ਼ੂਰ ਕਹਿੰਦੇ ਨੇ ਭਾਈ ਮਰਦਾਨਿਆ ਭੁੱਖ ਤੇ ਹੁੰਦੀ ਹੈ ਰੱਬ ਦੇ ਪਿਆਰਿਆਂ ਨੂੰ ਪਰ ਦੁਨੀਆ ਦੀ ਭੁੱਖ ਹੋਰ ਹੁੰਦੀ ਹੈ ਪ੍ਰਭੂ ਦੇ ਪਿਆਰਿਆਂ ਦੀ ਭੁੱਖ ਹੋਰ ਹੁੰਦੀ ਹੈ ਹਜ਼ੂਰ ਕਹਿੰਦੇ ਨੇ ਪਰਮੇਸ਼ਰ ਦੇ ਭਗਤਾਂ ਨੂੰ ਇੱਕੋ ਹੀ ਭੁੱਖ ਲੱਗੀ ਰਹਿੰਦੀ ਹੈ ਹਰ ਵੇਲੇ ਨਾਨਕ ਭਗਤਾਂ ਭੁੱਖ ਸਲਾਹਨ ਸੱਚ ਨਾਮ ਆਧਾਰ ਬਸ ਉਹਨਾਂ ਨੂੰ ਇੱਕੋ ਹੀ ਭੋਖ ਰਹਿੰਦੀ ਹੈ ਪਰਮੇਸ਼ਰ ਦਾ ਨਾਮ ਜਪਨ ਦੀ ਪਰਮੇਸ਼ਰ ਦਾ ਨਾਮ ਹੀ ਉਹਨਾਂ ਦੀ ਜ਼ਿੰਦਗੀ ਦਾ ਸਹਾਰਾ ਬਣ ਜਾਂਦਾ ਹੈ ਆਸਰਾ ਬਣ ਜਾਂਦਾ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਜਿਹੜਾ ਹਰੀ ਦਾ ਸੇਵਕ ਹੈ ਜਿਹੜਾ ਪਰਮੇਸ਼ਰ ਦਾ ਜਾਣ ਹੈ ਪ੍ਰਭੂ ਜੀ ਦਾ ਭਗਤ ਹਰ ਵੇਲੇ ਰੱਬ ਦੇ ਗੁਣ ਹੀ ਗਉਂਦਾ ਰਹਿੰਦਾ ਹੈ ਹਾਂ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨ ਗਵਾਵਾ ਜੇ ਕੋ ਦੁਨੀਆ ਵਿੱਚੋਂ ਬੰਦਾ ਉੱਠ ਕੇ ਪ੍ਰਭੂ ਦੇ ਪਿਆਰਿਆਂ ਦੀ ਨਿੰਦਿਆ ਕਰੇ ਫਿਰ ਵੀ ਉਹ ਮੇਰੇ ਮਾਲਕ ਦਾ ਜਿਹੜਾ ਭਗਤ ਹੈ ਉਹਦਾ ਜਿਹੜਾ ਸੇਵਕ ਹੈ ਉਹ ਆਪਣਾ ਸੁਭਾਅ ਨਹੀਂ ਛੱਡਦਾ ਇੱਕ ਤੇ ਉਹਦਾ ਸੁਭਾਅ ਹੈ ਪਰਮੇਸ਼ਰ ਦਾ ਨਾਮ ਜਪਣਾ ਸਾਥ ਸੰਗਤ ਵਾਹਿਗੁਰੂ ਕਿਰਪਾ ਕਰੇ ਅੱਜ ਵੀ ਅਸੀਂ ਆਪਣੇ ਸਮਾਜ ਵਿੱਚ ਦੇਖਨੇ ਆਂ ਕਈ ਵਾਰੀ ਜਵਾਨੀ ਵਿੱਚ ਬੰਦਾ ਨਸ਼ਿਆਂ 'ਚ ਪੈ ਜਾਂਦਾ ਹੈ ਗਲਤ ਪਾਸੇ ਤੁਰ ਜਾਂਦਾ ਹੈ ਉਹ ਮਾੜੇ ਤੋਂ ਮਾੜੇ ਕਰਮ ਕਰਦਾ ਆਪਣੀ ਜਵਾਨੀ ਵਿੱਚ ਜਦੋਂ ਪਰਮੇਸ਼ਰ ਕਿਰਪਾ ਕਰਦਾ ਹੈ ਗੁਰੂ ਮਿਲਾ ਦਿੰਦਾ ਹੈ ਫਿਰ ਉਹ ਪਿਛਲੇ ਆਪ ਛੱਡ ਦਿੰਦਾ ਹੈ ਅੱਗੋਂ ਫਿਰ ਉਹ ਪਰਮੇਸ਼ਰ ਦੇ ਚਰਨਾਜੁ ਜੁੜੇ ਰਹਿੰਦਾ ਹੈ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਜਿਹੜੇ ਉਹਦੇ ਸਾਥੀ ਹੁੰਦੇ ਨੇ ਜਿਹੜੇ ਉਹਦੇ ਪਿੰਡ ਵਾਲੇ ਹੁੰਦੇ ਨੇ ਜਾਂ ਦੁਨੀਆਂ ਦੇ ਲੋਕ ਹੁੰਦੇ ਨੇ ਜਿਨ੍ਹਾਂ ਨੇ ਵੇਖਿਆ ਹੁੰਦਾ ਵੀ ਪਹਿਲਾਂ ਇਹਦਾ ਜੀਵਨ ਕੀ ਸੀ ਉਹ ਕਈ ਤਰ੍ਹਾਂ ਦੇ ਤਾਨੇ ਮਾਰਦੇ ਨੇ ਕਈ ਤਰ੍ਹਾਂ ਦੇ ਮਿਹਣੇ ਦਿੰਦੇ ਨੇ ਇਸਲਾਮ ਦੇ ਵਿੱਚ ਇੱਕ ਕਹਾਵਤ ਹੈ 100 ਬਿੱਲੀ ਖਾ ਕੇ ਤੇ ਬਿੱਲੀ 100 ਚੂਹਾ ਖਾ ਕੇ ਤੇ ਹੱਜ ਨੂੰ ਚਲੀ ਇਸ ਤਰ੍ਹਾਂ ਦੀਆਂ ਵੀ ਗੱਲਾਂ ਸੁਣਨੀਆਂ ਪੈਂਦੀਆਂ ਨੇ ਪਰ ਧੰਗ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਨਾ ਭਾਈ ਜਿਹੜਾ ਪਰਮੇਸ਼ਰ ਦਾ ਪਿਆਰ ਆ ਉਹ ਇਹਨਾਂ ਗੱਲਾਂ ਦੀ ਪਰਵਾਹ ਨਹੀਂ ਕਰਦਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਤੇ ਕਹਿੰਦੇ ਨੇ ਕਿ ਅੱਜ ਹੂੰ ਕਛ ਬਿਗਰੋ ਨਹੀਂ ਜੋ ਪ੍ਰਭ ਗੁਣ ਗਾਵੈ ਜੇ ਬਚਪਨ ਲੰਘ ਗਿਆ ਹੈ ਜਵਾਨੀ ਲੰਘ ਗਈ ਹੈ ਨਹੀਂ ਸਮਝ ਆਈ ਤੇ ਅਜੇ ਵੀ ਕੁਛ ਨਹੀਂ ਹੋ ਗਿਆ ਤੂੰ ਅਜੇ ਵੀ ਮੇਰੇ ਕੋਲ ਆ ਮੈਂ ਤੇ ਅਜੇ ਵੀ ਤੈਨੂੰ ਢੀਕਦਾ ਹੈ ਅਜੇ ਵੀ ਕੁਛ ਨਹੀਂ ਵਿਗੜਿਆ ਜਿੰਨਾ ਚਿਰ ਤੇਰੇ ਸਵਾਸ ਚੱਲਦੇ ਨੇ ਅਜੇ ਵੀ ਸਭ ਕੁਝ ਹੋ ਸਕਦਾ ਹੈ ਅੱਜ ਹੂੰ ਕਛ ਬਿਗਰੋ ਨਹੀਂ ਪੁੱਤਰਾ ਅਜੇ ਵੀ ਕੁਛ ਨਹੀਂ ਵਿਗੜਿਆ ਪਰ ਜੇ ਤੂੰ ਪ੍ਰਭੂ ਤੇ ਗੁਣ ਗਾਉਣ ਲੱਗ ਪੈਂਦੇ ਫਿਰ ਜੋ ਪ੍ਰਭ ਗੁਣ ਗਾਵੇ ਸਾਧ ਸੰਗਤ ਧੰ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜੀ ਕੋ ਪਰਮੇਸ਼ਰ ਦੇ ਪਿਆਰੇ ਦੀ ਨਿੰਦਿਆ ਕਰੇ ਉਹ ਗੁਣ ਗਾਉਣੇ ਨਹੀਂ ਛੱਡਦਾ ਉਹਨੂੰ ਭਾਵੇਂ ਲੋਕ ਮਖੌਲ ਕਰਨ ਭਗਤ ਕਬੀਰ ਸਾਹਿਬ ਤੇ ਕਹਿੰਦੇ ਨੇ ਵੀ ਮੇਰੇ ਤੇ ਕਈ ਮਸ਼ਕਰੀਆਂ ਕਰਦੇ ਨੇ ਕਈ ਠੱਠੇ ਕਰਦੇ ਨੇ ਕਈ ਮਖੌਲ ਕਰਦੇ ਨੇ ਮੈਨੂੰ ਪਰ ਭਗਤ ਜੀ ਕਹਿੰਦੇ ਨੇ ਤੇਰੀ ਭਗਤ ਨੂੰ ਛੋੜ ਡਉ ਭਾਵੇਂ ਲੋਕ ਹੱਸੇ ਭਗਤ ਨਾਮਦੇਵ ਜੀ ਵੀ ਇਹੀ ਕਹਿੰਦੇ ਨੇ ਜਿੰਨਾ ਮਰਜੀ ਲੋਕ ਹੱਸਣ ਤੇਰੀ ਭਗਤੀ ਨਹੀਂ ਛੱਡਨੀ ਜਿੰਨੇ ਮਰਜੀ ਮਸ਼ਕਰੀਆਂ ਠੱਠੇ ਮੈਨੂੰ ਕਰਨ ਧੰਨ ਗੁਰੂ ਆਰਾਮਦਾਸ ਮਹਾਰਾਜ ਰਾਗ ਬੈਰਾੜੀ ਵਿੱਚ ਅੱਜ ਦੇ ਸ਼ਬਦ ਜੀ ਕਹਿੰਦੇ ਨੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਪ੍ਰਭੂ ਦੇ ਪਿਆਰੇ ਦੀ ਕੋ ਨਿੰਦਿਆ ਕਰੇ ਆਪਣਾ ਗੁਣ ਨੰਗਵਾਵੇ ਆਪਣਾ ਸੁਭਾਅ ਥੋੜਾ ਛੱਡ ਦਿੰਦਾ ਕਿਸੇ ਦੇ ਅੱਖੇ ਲੱਗ ਕੇ ਸਾਧ ਸੰਗਤ ਸ੍ਰੀ ਗੁਰੂ ਅਰਾਮਦਾਸ ਮਹਾਰਾਜ ਜੀ ਨੇ ਇਹ ਇਤਿਹਾਸ ਘਟਨਾ ਹੈ ਇਸ ਸ਼ਬਦ ਦੇ ਨਾਲ ਜੋ ਜੁੜੀ ਹੋਈ ਹੈ ਧੰਨ ਗੁਰੂ ਅਰਜਨਦਾਸ ਮਹਾਰਾਜ ਜੀ ਨੇ ਹਰ ਪੱਖੋਂ ਯੋਗ ਜਾਣ ਕੇ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਗੁਰੂ ਰਾਮਦਾਸ ਮਹਾਰਾਜ ਨੇ ਗੁਰੂ ਅਰਜਨ ਸਾਹਿਬ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰ ਦਿੱਤੀ ਸ਼੍ਰੀ ਅੰਮ੍ਰਿਤਸਰ ਸਾਹਿਬ ਅੱਜ ਗੁਰਤਾ ਗੱਦੀ ਬਖਸ਼ਿਸ਼ ਕੀਤੀ ਹੈ ਕੱਲ ਆਸਾਦੀ ਵਾਰ ਤੋਂ ਬਾਅਦ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਗੋਵਿੰਦਵਾਲ ਸਾਹਿਬ ਗੁਰੂ ਰਾਮਦਾਸ ਜੀ ਗੋਵਿੰਦਵਾਲ ਸਾਹਿਬ ਚਲੇ ਗਏ ਨਾਲ ਗੁਰੂ ਅਰਜਨ ਦੇ ਮਹਾਰਾਜ ਵੀ ਗਏ ਗੁਰਤਾ ਗੱਦੀ ਦੇ ਦਿੱਤੀ ਹੈ ਗੁਰੂ ਅਰਜਨ ਸਾਹਿਬ ਨੂੰ ਅਗਲੇ ਦਿਨ ਗੁਰੂ ਰਾਮਦਾਸ ਜੀ ਗੋਵਿੰਦ ਵਾਲ ਸਾਹਿਬ ਨੂੰ ਤਿਆਰ ਹੋ ਪਏ ਗੁਰੂ ਅਰਜਨ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਸਾਹਿਬ ਜੀ ਬਹੁਤ ਸਾਰੇ ਚੌਣੇ ਸਿੱਖ ਮਹਾਰਾਜ ਦੇ ਨਾਲ ਗਏ ਤਿੰਨ ਦਿਨ ਗੁਰੂ ਰਾਮਦਾਸ ਮਹਾਰਾਜ ਗੋਵਿੰਦ ਵਾਲ ਸਾਹਿਬ ਰਹਿ ਚੌਥੇ ਦਿਨ ਜੋਤੀ ਜੋ ਸਮਾ ਗਏ ਅਸਲ ਵਿੱਚ ਗੁਰੂ ਰਾਮਦਾਸ ਮਹਾਰਾਜ ਉੱਥੇ ਜਾ ਕੇ ਜੋਤੀ ਜੋ ਸਮਾਉਣਾ ਚਾਹੁੰਦੇ ਸੀ ਜਿੱਥੇ ਉਹਨਾਂ ਦੇ ਬਚਪਨ ਦੇ ਮਿੱਤਰ ਬਚਪਨ ਦੇ ਦੋਸਤ ਗੋਇੰਦਵਾਲਾ ਸਾਹਿਬ ਜੋਤੀ ਜੋ ਸਮਾਇਏ ਸਨ ਗੁਰੂ ਰਾਮਦਾਸ ਮਹਾਰਾਜ ਦਾ ਕੌਣ ਸੀ ਮਿੱਤਰ ਗੁਰੂ ਰਾਮਦਾਸ ਦਾ ਗੁਰੂ ਅਮਰਦਾਸ ਮਹਾਰਾਜ ਵੱਲੋਂ ਜਦੋਂ ਗੁਰਤਾ ਗੱਦੀ ਮਿਲੀ ਤੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਸਤਿਗੁਰ ਮਿੱਤਰ ਮੇਰਾ ਬਾਲ ਸੁਖਾਈ ਇਹ ਗੁਰੂ ਅਮਰਦਾਸ ਮੇਰੇ ਬਚਪਨ ਦਾ ਮਿੱਤਰ ਆ ਤੁਸੀਂ ਗੁਰੂ ਰਾਮਦਾਸ ਜੀ ਦੀ ਬਾਣੀ ਪੜ੍ਹ ਕੇ ਵੇਖੋ ਇੱਕ ਵਾਰੀ ਨੇ ਬਹੁਤ ਵਾਰੀ ਮਿੱਤਰ ਸ਼ਬਦ ਵਰਤਿਆ ਗੁਰੂ ਅਮਰਦਾਸ ਨੇ ਜਦੋਂ ਸੋਦਰ ਦਾ ਪਾਠ ਕਰਦੇ ਆਂ ਤੇ ਹਰ ਰੋਜ਼ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਮੇਰੇ ਮਿੱਤ ਗੁਰਦੇਵ ਮੋ ਕੋ ਰਾਮ ਨਾਮ ਪਰਗਾਸ ਗੁਰੂ ਅਮਰਦਾਸ ਨੂੰ ਮਿੱਤਰ ਹੀ ਕਹਿੰਦੇ ਸੀ ਸਾਥ ਸਮ ਮਿੱਤਰ ਤੇ ਉਹ ਹੁੰਦਾ ਜਿਹੜਾ ਔਖੇ ਵੇਲੇ ਕੰਮ ਆਏ ਜਿਹੜਾ ਮੁਸੀਬਤ ਵੇਲੇ ਕੰਮ ਆਏ ਬੰਦੇ ਤੇ ਕਾਲੇ ਦਿਨ ਆ ਜਾਣ ਆ ਦੁਆਈ ਰੱਬ ਦੀ ਚੰਗੇ ਦਿਨ ਆਉਂਦੇ ਹਨ ਤੇ ਸਮਾਂ ਲੱਗ ਸਕਦਾ ਕਾਲਾ ਸਮਾਂ ਕਦੋਂ ਆ ਜਾਣਾ ਭੈੜਾ ਸਮਾਂ ਕਦੋਂ ਆ ਜਾਣਾ ਅੱਖ ਦੇ ਚਮਕਣ ਜਿਨੇ ਸਮੇਂ ਵਿੱਚ ਬਾਦਸ਼ਾਹ ਨੂੰ ਭਿਖਾਰੀ ਬਣਾ ਦਿੰਦਾ ਹੈ ਜਿਹੜੇ ਲੋਕ ਰਾਤ ਨੂੰ ਬਾਦਸ਼ਾਹ ਸੀ ਸਵੇਰੇ ਕਹਾ ਦੀਆਂ ਤਿਹਾਂ ਖਾਂਦੇ ਦੇਖੇ ਗਏ ਛੱਪੜਾਂ 'ਚੋਂ ਪਾਣੀ ਪੀਂਦੇ ਦੇਖੇ ਗਏ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਚਲੋ ਖੈਰ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਜੋ ਸਮਾ ਗਏ ਜਦੋਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅੰਗੀਠਾ ਸਾਹਿਬ ਤਿਆਰ ਹੋ ਗਿਆ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ 18 ਬਾਰੇ ਉਮਰ ਸੀ ਗੱਭਰੂ ਸਨ ਜੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਪਾਈ ਗੁਰਦਾਸ ਸਾਹਿਬ ਜੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਵਿੱਤਰ ਸ਼ਰੀਰ ਨੂੰ ਚੁੱਕ ਕੇ ਅੰਗੀਠਾ ਸਾਹਿਬ ਤੇ ਰੱਖਣ ਲੱਗੇ ਪ੍ਰਿਥੀ ਚੰਦ ਨੇ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਹਿਣ ਲੱਗਾ ਗੁਰਤਾ ਤਿਲਕ ਭਲੋ ਇਨ ਪਾਇਓ ਚੰਗਾ ਤੈਨੂੰ ਮਿਲਿਆ ਗੁਰਤਾ ਗਰਦੀ ਦਾ ਤਿਲਕ ਦੋਏ ਦਿਨ ਬੀਤੇ ਨਾ ਬੇਸ ਕੋ ਖਵਾਇਓ ਕਹਿਣ ਲੱਗਾ ਦਿਨ ਅਜੇ ਦੋ ਨਹੀਂ ਲੰਗੇ ਅਰਜਨ ਨੇ ਜ਼ਹਿਰ ਦੇ ਕੇ ਆਪਣੇ ਪਿਓ ਨੂੰ ਮਾਰ ਦਿੱਤਾ ਬਾਬਾ ਬੁੱਢਾ ਜੀ ਕੁਝ ਕਹਿ ਨਹੀਂ ਲੱਗੇ ਸਨ ਬਾਬਾ ਬੁੱਢਾ ਸਾਹਿਬ ਪ੍ਰਿਥੀ ਚਾਂਦ ਨੂੰ ਮੀਣਾ ਕਹਿੰਦੇ ਹੁੰਦੇ ਸੀ ਮਹਾਰਾਜ ਕਹਿੰਦੇ ਉਹ ਕਿਉਂ ਗੁਰੂ ਵਰਦਨ ਸਾਹਿਬ ਨੇ ਪਿਤਾ ਜੀ ਨੂੰ ਜ਼ਹਿਰ ਦੇ ਕੇ ਮਾਰਨਾ ਸੀ ਤੂੰ ਕਿਵੇਂ ਇਹ ਗੱਲਾਂ ਕਰਦਾ ਬਾਬਾ ਬੁੱਢਾ ਸਾਹਿਬ ਕੁਝ ਕਹਿਣ ਹੀ ਲੱਗੇ ਨੇ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਹੱਥ ਜੋੜ ਕੇ ਕਹਿੰਦੇ ਨੇ ਬਾਬਾ ਬੁੱਢਾ ਸਾਹਿਬ ਜੀ ਕੁਝ ਨਾ ਕਹੋ ਇਹ ਮੇਰੇ ਵੱਡੇ ਭਰਾਤਾ ਹਨ ਜਦੋਂ ਪਿਤਾ ਗੁਰੂ ਰਾਮਦਾਸ ਜੀ ਦੀ ਜੋਤੀ ਜੋਤ ਸਮਾਉਣ ਲੱਗੇ ਸਨ ਉਹ ਮੈਨੂੰ ਕਹਿ ਕੇ ਗਏ ਨੇ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਮੈਨੂੰ ਕਹਿ ਕੇ ਗਏ ਨੇ ਪੁੱਤਰ ਆਪਣਾ ਸੁਭਾਅ ਨਹੀਂ ਛੱਡਣਾ ਤਲਖੀ ਵਿੱਚ ਨਹੀਂ ਆਉਣਾ ਸਾਧ ਸੰਗ ਜਿੱਦਨ ਜਿਹਨੂੰ ਆਪਾਂ ਦਸਵਾਂ ਕਹਿੰਨੇ ਆ ਗੋਇੰਦਵਾਲ ਸਾਹਿਬ ਜਿਹੜੇ ਲੋਕ ਸਸਕਾਰ ਤੇ ਨਾ ਆ ਸਕੇ ਸਿੱਖ ਨਾ ਪਹੁੰਚ ਸਕੇ ਉਹ ਫਿਰ ਦਸਵੇਂ ਤੇ ਆ ਲੈ ਲਖਣਾ ਸੇ ਖਾਇ ਇਤਿਹਾਸ ਕਹਿੰਦਾ ਪਈ 11 ਦੇ 11 ਜਿਹੜੇ ਪਟ ਸਨ ਨਾ ਇਹ ਬੜੇ ਵਿਦਵਾਨ ਸਨ ਵੇਦਾਂ ਦੇ ਗਿਆਤਾ ਸਨ ਹਿੰਦੂ ਮਤ ਦੇ ਗ੍ਰੰਥ ਇਹਨਾਂ ਨੇ ਸੰਸਕ੍ਰਿਤ ਵਿੱਚ ਪੜ੍ਹੇ ਹੋਏ ਸਨ ਬਹੁਤ ਵਿਦਵਾਨ ਸਨ ਇਹਨਾਂ ਨੂੰ ਰਸਤੇ ਵਿੱਚ ਸਿੱਖਾਂ ਦਾ ਇੱਕ ਜਥਾ ਮਿਲਿਆ ਕਿੱਧਰ ਜਾ ਰਹੇ ਹੋ ਸਿੱਖ ਕਹਿੰਦੇ ਨੇ ਸਾਡੇ ਧੰਨ ਗੁਰੂ ਰਾਮਦਾਸ ਮਹਾਰਾਜ ਜੋਤੀ ਜੋਤ ਸਮਾ ਗਏ ਨੇ ਉਹਨਾਂ ਦੇ ਦਸਵੇਂ ਤੇ ਜਾ ਰਹੇ ਪੱਟ ਵੀ ਨਾਲ ਆ ਗਏ ਗੱਲ ਇਹ ਚੱਲੀ ਵੀ ਗੁਰੂ ਰਾਮਦਾਸ ਮਹਾਰਾਜ ਵਾਲੀ ਜਿਹੜੀ ਪੱਗ ਹੈ ਉਹ ਤੇ ਗੁਰੂ ਅਰਜਨ ਸਾਹਿਬ ਨੂੰ ਦਿੱਤੀ ਜਾਏ ਇੱਕ ਸਿੱਖ ਬੜਾ ਸਿਆਣਾ ਉਹ ਕਹਿੰਦਾ ਜੀ ਜਿਹੜੀ ਪਿਤਾ ਵਾਲੀ ਪੱਗ ਹੈ دنیਵੀ ਤੌਰ ਤੇ ਪਿਤਾ ਵਾਲੀ ਪੱਗ ਉਹ ਪ੍ਰਿਥੀ ਨੂੰ ਦੇ ਦिए ਜਿਹੜੀ ਗੁਰੂ ਘਰ ਵਾਲੀ ਪੱਗ ਹੈ ਉਹ ਗੁਰੂ ਅਰਜਨ ਸਾਹਿਬ ਨੂੰ ਬਾਬਾ ਬੁੱਢਾ ਸਾਹਿਬ ਦੇ ਤਾ ਜਿਹੜੀ دنی avi ਪੱਗ ਹੈ ਉਹ ਭਾਈ ਗੁਰਦਾਸ ਸਾਹਿਬ ਜੀ ਪ੍ਰਿਥੀ ਚੰਦ ਨੂੰ ਦੇ ਦਿੰਨ। ਬਾਬਾ ਬੁੱਢਾ ਸਾਹਿਬ ਜੀ ਆਖਣ ਲੱਗੇ ਇਹਨੂੰ ਪਿਤਾ ਵਾਲੀ ਪੱਗ ਵੀ ਨਹੀਂ ਦੇਣੀ। ਮੈਨੂੰ ਪਤਾ ਹੈ ਜਦੋਂ ਗੁਰਤਾ ਗੱਦੀ ਦਿੱਤੀ ਗੁਰੂ ਅਰਜਨ ਸਾਹਿਬ ਨੂੰ ਮੈਂ ਉੱਥੇ ਸਾਹ ਪ੍ਰਿਥੀ ਚੰਦ ਨੇ ਉਹ ਕਬੂਲ ਬੋਲੇ ਗੁਰੂ ਰਾਮਦਾਸ ਜੀ ਨੂੰ ਉਹ ਕਬੂਲ ਬੋਲੇ ਗੁਰੂ ਰਾਮਦਾਸ ਮਹਾਰਾਜ ਬੜੇ ਸ਼ਾਂਤ ਸੁਭਾਅ ਦੇ ਸਨ ਗੁਰੂ ਰਾਮਦਾਸ ਮਹਾਰਾਜ ਬੜੇ ਪਿਆਰ ਨਾਲ ਕਹਿੰਦੇ ਨੇ ਪ੍ਰਿਥੀਆ ਪੁੱਤਰ ਤੈਨੂੰ ਨਹੀਂ ਪਤਾ ਮੈਂ ਤੇਰਾ ਬਾਪ ਹਾਂ ਪੁੱਤਰ ਜਿਨ੍ਹਾਂ ਨੇ ਜਨਮ ਦਿੱਤਾ ਹੋਵੇ ਜਿਨ੍ਹਾਂ ਨੇ ਪਾਲਿਆ ਹੋਵੇ ਵੱਡਾ ਕੀਤਾ ਹੋਵੇ ਉਹਨਾਂ ਨਾਲ ਲੜਨਾ ਬਹੁਤ ਵੱਡਾ ਪਾਪ ਹੁੰਦਾ ਕਾਹੇ ਪੁੱਤ ਝਗਰਤ ਹਾਂ ਸੰਗ ਬਾਪ ਜਿਨ ਕੇ ਬਡੀਰੇ ਜਿਨ ਕੇ ਬਡੀਰੇ ਜਣੇ ਤੂੰ ਤਿੰਸੂ ਝਗਰਤ ਪਾ ਉਹਨਾਂ ਨਾਲ ਲੜਨਾ ਤੇ ਬਹੁਤ ਵੱਡਾ ਪਾਪ ਹੁੰਦਾ ਹੈ ਜਿਨ ਕੇ ਜਨੇ ਬਡੀਰੇ ਤੁਮ ਹੋ 300 ਚਗਰਤ ਪਾਪ ਉਤਰ ਜਿਨਾਂ ਨੇ ਜਨਮ ਦਿੱਤਾ ਹੋ ਗਏ ਵੱਡਾ ਕੀਤਾ ਹੋਵੇ ਉਹ ਲੜਨਾ ਉਹਨਾਂ ਨਾਲ ਬਹੁਤ ਵੱਡਾ ਪਾਪ ਹੁੰਦਾ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਹ ਪੰਕਤੀ ਜ਼ਬਾਨੀ ਯਾਦ ਕਰਨੀ ਚਾਹੀਦੀ ਸਾਹ ਸੰਗਤ ਬਾਬਾ ਬੁੱਢਾ ਜੀ ਆਖਣ ਲੱਗੇ ਗੁਰੂ ਘਰ ਵਾਲੀ ਪੱਗ ਮੈਂ ਦਿਆਂਗਾ ਗੁਰੂ ਅਰਜਨ ਸਾਹਿਬ ਜੀ ਨੂੰ ਭਾਈ ਗੁਰਦਾਸ ਸਾਹਿਬ ਜੀ ਜਿਹੜੇ ਨਾਨਕਿਆ ਵਾਲੀ ਪੱਗ ਜਿਹੜੀ ਹੈ ਇਹ ਵੀ ਗੁਰੂ ਅਰਜਨ ਸਾਹਿਬ ਨੂੰ ਦਿਆਂ। ਦੋਵੇਂ ਪੱਗਾਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਦੇ ਸੀਸ ਤੇ ਰੱਖੀਆਂ ਗਈਆਂ। ਪ੍ਰਿਥੀ ਆ ਜੜ ਵਰ ਗयो। ਪ੍ਰਿਥੀ ਆ ਉੱਠਿਆ ਇਹਨੇ ਗੁੱਸੇ ਵਿੱਚ ਜਾਣ ਕੇ ਝਵਟ ਮਾਰ ਕੇ ਦੋਵੇਂ ਪੱਗਾਂ ਕੋਲੀਆਂ। ਬਾਬਾ ਬੁੱਢਾ ਸਾਹਿਬ ਜੀ ਕੁਛ ਕਹਿ ਨਹੀਂ ਲੱਗਿੰਦੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ 18 ਸਾਲਾਂ ਦਾ ਗੱਭਰੂ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਕੋਈ ਗੱਲ ਨਹੀਂ ਮੇਰੇ ਵੱਡੇ ਪਰਾਤਾ ਹਨ ਇਹਨਾਂ ਕੋਲ ਹੀ ਪੱਗਾ ਰਹਿੰਦੇ ਹੋ 11 ਦੇ 11 ਪੱਟ ਉੱਠ ਕੇ ਖੜੇ ਹੋ ਗਏ ਪ੍ਰੋਫੈਸਰ ਸਾਹਿਬ ਸੇ ਕਹਿੰਦੇ ਨੇ ਓਏ ਦੁਨੀਆ ਦੇ ਲੋਕੋ ਇਹ 18 ਸਾਲਾਂ ਦੀ ਉਮਰ ਉਹ ਉਮਰ ਹੈ ਤੇ ਰਤਾ ਕ ਚੁੰਬ ਲੱਗ ਜਾਏ ਨਾ ਗੱਭਰੂ ਗੱਭਰੂ ਆਪੇ ਤੋਂ ਬਾਹਰ ਹੋ ਜਾਂਦਾ ਹੈ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਬੈਠੇ ਨੇ ਲੱਖਾਂ ਲੋਕ ਨਮਸ਼ਕਾਰਾਂ ਕਰ ਰਹੇ ਨੇ ਐਡੀ ਵੱਡੀ ਭਰੀ ਸਭਾ ਦੇ ਵਿੱਚ ਪ੍ਰਿਥੀ ਚੰਦ ਨੇ ਇੰਨੀ ਵਧੀਕੀ ਕੀਤੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਪਾਵਨ ਮੁਖ ਤੇ ਇੱਕ ਵੀ ਸ਼ਬਦ ਜਿਹੜਾ ਸੀ ਕਿਤੇ ਕੋਈ ਗੁੱਸੇ ਵਾਲਾ ਜਾਂ ਲਾਹਮੇ ਵਾਲਾ ਨਹੀਂ ਆਇਆ ਫਿਰ 11 ਦੇ 11 ਪਟ ਉੱਠ ਕੇ ਖੜੇ ਹੋ ਗਏ ਉਹਨਾਂ ਜੋ ਪਟ ਮਥਰ ਵੱਡੀ ਉਮਰ ਦਾ ਸੀ ਪਾਟੰ ਮਥਰਾ ਕਹਿੰਦਾ ਹੋਏ ਦਵਾਈ ਰੱਬ ਦੀ 18 ਸਾਲਾਂ ਦਾ ਗੱਭਰੂ ਹੋਵੇ ਇੰਨੀ ਵੱਡੀ ਸਭਾ ਦੇ ਵਿੱਚ ਇੰਨੀ ਵੱਡੀ ਕੀ ਹੋਈ ਹੋਵੇ ਇੱਕ ਵੀ ਲਫ਼ਜ਼ ਗੁਰੂ ਅਰਜਨ ਸਾਹਿਬ ਰਾਜ ਜੀ ਦੇ ਮੋਖ ਤੇ ਨਹੀਂ ਆਇਆ ਫਿਰ ਪਟਾਂ ਦੇ ਅੰਦਰ ਉਹ ਰੱਬ ਬੋਲਿਆ ਪਟ ਜੀ ਕਹਿੰਦੇ ਨੇ ਤਰਨ ਗਗਰਨ ਨਵਖੰਡਮੈ ਜੋਤ ਸਰੂਪੀ ਰਹੋ ਪਰ ਪਣ ਮਥਰਾ ਕਸ਼ ਭੇਦ ਨਹੀਂ ਗੁਰੂ ਅਰਜਨ ਪਰਤਾਖਾਂ ਆਟਕ ਕਹਿੰਦੇ ਉਹ ਇੰਨੀ ਸ਼ਾਂਤੀ ਦੇ ਰੱਬ ਵਿੱਚ ਹੋ ਸਕਦੀ ਹੈ। ਬੰਦੇ ਵਿੱਚ ਨਹੀਂ ਇੰਨੀ ਸ਼ਾਂਤੀ ਹੋ ਸਕਦੀ। ਅਸਲ ਵਿੱਚ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਤੱਤੀ ਲੋ ਤੇ ਬੈਠਣ ਦੀਆਂ ਤਿਆਰੀਆਂ ਕਰ ਰਹੇ ਸਨ। ਧੰ ਗੁਰੂ ਰਾਮਦਾਸ ਮਹਾਰਾਜ ਹੁਣ ਸਾਨੂੰ ਕਹਿੰਦੇ ਨੇ ਭਾਈ ਜੇ ਕੋ ਰੱਬ ਵਾਲੇ ਪਾਸੇ ਲੱਗਾ ਤੇ ਉਹਦੀ ਜਿੰਨੀ ਮਰਜ਼ੀ ਕੋ ਨਿੰਦਿਆ ਕਰੇ ਪ੍ਰਭੂ ਦਾ ਪਿਆਰਾ ਆਪਣਾ ਗੁਣ ਨਹੀਂ ਛੱਡਦਾ। ਇੱਕ ਗੱਲ ਬੜੇ ਧਿਆਨ ਨਾਲ ਸਰਵਨ ਕਰਨੀ ਸਾਧ ਸੰਗਤ। ਸ੍ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਜਦੋਂ ਆਪਣੇ ਦਰਬਾਰ ਵਿੱਚ ਜਾਂਦੇ ਮਹੱਲਾ ਵਿੱਚੋਂ ਘਰ ਵਿੱਚੋਂ ਦਰਬਾਰ ਵਿੱਚ ਜਾਂਦੇ ਰਸਤੇ ਵਿੱਚ ਇੱਕ ਮਲੰਗ ਬੈਠਾ ਹੁੰਦਾ ਜਦੋਂ ਗੁਰੂ ਅਮਰਦਾਸ ਮਹਾਰਾਜ ਕੋਲੋਂ ਦੀ ਲੰਘਣ ਅੱਧਾ ਕ ਨਾਮ ਲੈ ਅੱਧਾ ਕ ਨਾਮ ਮੈਨੂੰ ਸਾਧ ਸੰਗਤ ਯਾਦ ਹੈ ਵੀ ਇੱਕ ਵਾਰੀ ਮਸਕੀਨ ਜੀ ਕਹਿੰਦੇ ਭਈ ਜਿਹੜੀ ਜਲਾਈ ਸੀ ਉਹਨੇ ਤੇ ਬੇਕਦਰੀ ਦੇ ਨਾਲ ਅੱਧਾ ਕ ਨਾਮ ਲਿਆ ਹੀ ਲਿਆ ਉਹ ਜਿਹੜਾ ਮਲੰਗ ਸੀ ਉਹ ਵੀ ਅੱਧਾ ਕ ਨਾਮ ਲੈਂਦਾ ਸੀ ਗੁਰੂ ਅਮਰਦਾਸ ਦਾ ਪਰ ਮਸਕੀਨ ਜੀ ਦਾ ਮੈਨੂੰ ਬਚਨ ਯਾਦ ਹੈ ਉਹ ਕਹਿੰਦੇ ਚਲੋ ਅਸੀਂ ਦੇ ਨਾਣਾ ਫਿਰ ਉਹ ਨਾਮ ਲਈਏ ਕਈ ਤਰੀਕੇ ਹੁੰਦੇ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਸੰਗਤ ਸਮਝ ਜਾਂਦੀ ਹੈ ਜਦੋਂ ਗੁਰੂ ਅੰਮਰਦਾਸ ਮਹਾਰਾਜ ਨੇ ਮਹੱਲਾ ਵਿੱਚੋਂ ਦਰਬਾਰ 'ਚ ਜਾਣਾ ਇਹਨੇ ਮਲੰਗ ਨੇ ਅੱਧਾ ਕ ਨਾਮ ਲੈ ਕੇ ਆਖਣਾ ਸਹੌਰੀਆਂ ਦਾ ਕਰ ਪਾਣੀ ਢੋਟੋ ਕੇ ਗੁਰਤਾ ਗੱਦੀ ਲਈ ਬੜਾ ਕੁਸ਼ ਬੋਲਣਾ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਸਮਝਾਉਣਾ ਪਰ ਮਲੰਗ ਕਿੱਥੇ ਸਮਝੇ ਇਤਿਹਾਸ ਵਿੱਚ ਲਿਖਿਆ ਪਈ ਇੱਕ ਸੁੱਚੇ ਮੋਤੀਆਂ ਦੀ ਮਾਲਾ ਕੋਈ ਸਿੱਖ ਲੈ ਕੇ ਆਇਆ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਨੂੰ ਫੜਾ ਦਿੱਤੀ। ਉਸ ਵੇਲੇ ਧੰ ਗੁਰੂ ਰਾਮਦਾਸ ਮਹਾਰਾਜ ਜੀ ਦੀ ਤਕਰੀਬਨ 30 ਸਾਲਾਂ ਦੀ ਉਮਰ ਸੀ। ਵਿਆਹ ਵੀ ਹੋ ਗਿਆ ਹਜੂਰ ਦਾ। ਧੰ ਗੁਰੂ ਰਾਮਦਾਸ ਮਹਾਰਾਜ ਨੇ ਉਹ ਸੁੱਚੇ ਮੋਤੀਆਂ ਦੀ ਮਾਲਾ ਜਿਹੜੀ ਬਹੁਤ ਵੱਡੀ ਕੀਮਤ ਵਾਲੀ ਮਾਲਾ ਸੀ ਉਹ ਮਲੰਗ ਨੂੰ ਦੇ ਕੇ ਕਹਿਣ ਲੱਗੇ ਮਲੰਗਾ ਅੱਜ ਜਦੋਂ ਜਾਣਗੇ ਨਾ ਗੁਰੂ ਅਮਰਦਾਸ ਦਰਬਾਰ ਨੂੰ ਆਹ ਜਿਹੜੀ ਸੁੱਚੇ ਮੋਤੀਆਂ ਦੀ ਮਾਲਾ ਬਹੁਤ ਮਹਿੰਗੀ ਹੈ ਇਹ ਲੱਖਾਂ ਦੀ ਆ ਤੂੰ ਇਹ ਸੁੱਚੇ ਮੋਤੀਆਂ ਦੀ ਮਾਲਾ ਲੈ ਲੈ ਪਰ ਇੱਕ ਕੰਮ ਕਰੀ ਕਹਿੰਦਾ ਦੱਸ ਜਦੋਂ ਗੁਰੂ ਅਮਰਦਾਸ ਜਾਣਗੇ ਨਾ ਦਰਬਾਰ ਵੱਲ ਨੂੰ ਤੂੰ ਆਖਿਆ ਕਰ ਧੰ ਗੁਰੂ ਅਮਰਦਾਸ ਨਿਮਾਣਿਆਂ ਦੇ ਮਾਨ ਧੰ ਗੁਰੂ ਅਮਰਦਾਸ ਨਿਥਾਵਿਆਂ ਦੇ ਥਾਂ ਧਾਨਗੁਰੂ ਅਮਰਦਾਸ ਮਹਾਰਾਜ ਨੇ ਤਾਣਿਆਂ ਦੇ ਤਾਂ ਨਿਊਟਿਆਂ ਦੀ ਓੜ ਕਹਿੰਦਾ ਜੀ ਇਸ ਤਰ੍ਹਾਂ ਕਹਾਂਗਾ ਜਦੋਂ ਗੁਰੂ ਅਮਰਦਾਸ ਮਹਾਰਾਜ ਮਹੱਲਾਂ ਵਿੱਚ ਉਹ ਦਰਬਾਰ ਨੂੰ ਜਾ ਰਹੇ ਸੀ ਮਲੰਗ ਦੇ ਕੋਲੋਂ ਦੀ ਲੰਘਣ ਲੱਗੇ ਔਰ ਕਈ ਮਹੀਨੇ ਬਤੀਤ ਹੋ ਗਏ ਸੀ ਮਲੰਗਾ ਆਖਣ ਲੱਗਾ ਧਾਨਗੁਰੂ ਅਮਰਦਾਸ ਨਿਮਾਨਿਆਂ ਦੇ ਮਾਣ ਧਾਨਗੁਰੂ ਅਮਰਦਾਸ ਨੇ ਤਾਣਿਆਂ ਦੇ ਤਾਂ ਗੁਰੂ ਅਮਰਦਾਸ ਮਹਾਰਾਜ ਥੋੜੇ ਜਿਮ ਮੁਸਕਰਾ ਕੇ ਕਹਿਣ ਲੱਗੇ ਵੀ ਮਲੰਗ ਨੂੰ ਅੱਜ ਕੀ ਹੋ ਗਿਆ ਮਲੰਗ ਨੇ ਕਿਵੇਂ ਕਾਂਟਾ ਬਦਲ ਲਿਆ ਭਾਈ ਅੰਤਰਜਾਮੀ ਸਤਗੁਰ ਦਿਨ ਪੰਜ ਕ ਲੰਘ ਗਏ ਪੰਜਵੇਂ ਦਿਨ ਫਿਰ ਮਲੰਗ ਉਹਨਾਂ ਗੱਲਾਂ ਤੇ ਆ ਗਿਆ ਅੱਧਾ ਕ ਨਾਮ ਲੈਣਾ ਗੁਰੂ ਅਮਰਦਾਸ ਮਹਾਰਾਜ ਦੀ ਬੜੀ ਬੇਅਦਬੀ ਕਰਨੀ ਕਬੂਲ ਬੋਲ ਕੇ ਧੰ ਗੁਰੂ ਰਾਮਦਾਸ ਮਹਾਰਾਜ ਕੋਲ ਜਾ ਕੇ ਕਹਿਣ ਲੱਗੇ ਮਲੰਗਾ ਮੈਂ ਤੇ ਤੈਨੂੰ ਸੁੱਚੇ ਮੋਤੀਆਂ ਦੀ ਮਾਲਾ ਦਿੱਤੀ ਸੀ ਵੀ ਇਸ ਤਰ੍ਹਾਂ ਨਹੀਂ ਬੋਲਣਾ ਤੂੰ ਫੇਰ ਉਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਇਹ ਮਲੰਗ ਕਹਿਣ ਲੱਗਾ ਵੀ ਜੇ ਸੁੱਚੇ ਮੋਤੀਆਂ ਦੀ ਮਾਲਾ ਮੈਨੂੰ ਦਿੱਤੀ ਸੀ ਤੇ 5 ਦਿਨ ਮੈਂ ਕਿਹਾ ਵੀ ਕੁਝ ਨਹੀਂ ਨਾ 5 ਦਿਨ ਮੈਂ ਆਖਿਆ ਵੀ ਕੁਝ ਨਹੀਂ ਨਾ ਮੈਂ ਬੋਲੇ 5 ਦਿਨ ਧੰਨ ਗੁਰੂ ਅਮਰਦਾਸ ਮਹਾਰਾਜ ਉਹਨੇ ਚ ਨੂੰ ਅੱਗੇ ਲੰਘ ਗਏ ਗੁਰੂ ਅਮਰਦਾਸ ਮਹਾਰਾਜ ਹੱਸ ਕੇ ਕਹਿੰਦੇ RAMDAS ਪੁੱਤਰ ਆ ਜਾ ਆ ਜਾ ਮਲਾਗਣ ਨੂੰ ਇਹ ਨਾ ਮੂਰਖ ਨਾ ਸਮਝ ਮਲਾਗਣ ਨੂੰ ਇਹ ਨਾ ਬੇਵਕੂਫ ਨਾ ਸਮਝ ਉਹਨੂੰ ਪਤਾ ਵੀ ਜੇ ਗੁਰੂ ਅਮਰਦਾਸ ਨੂੰ ਗਾਲਾਂ ਕੱਢੀ ਨਾ ਤੇ ਸੋਚੇ ਮੋਤੀਆਂ ਦੀ ਮਾਲਾ ਮਿਲਦੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਹਜੂਰ ਦਾ ਇੱਕ ਪਾਵਨ ਸ਼ਬਦ ਹੈ ਮਹਾਰਾਜ ਕਹਿੰਦੇ ਨੇ ਦੁਨੀਆ ਦੀ ਹਰ ਬਿਮਾਰੀ ਦਾ ਇਲਾਜ ਹੈ ਹਰ ਇੱਕ ਰੋਗ ਦਾ ਇਲਾਜ ਹੈ ਪਰ ਇੱਕ ਰੋਗ ਦਾ ਕੋਈ ਇਲਾਜ ਹੈ ਇੱਕ ਬੰਦੇ ਦਾ ਕੋਈ ਇਲਾਜ ਨਹੀਂ ਮਹਾਰਾਜ ਉਹ ਕਿਹੜਾ ਰੋਗ ਹੈ ਹਜ਼ੂਰ ਕਹਿੰਦੇ ਨੇ ਆਪਗਦ ਸਭੇ ਕੀਤਿ ਅਨ ਨਿੰਦਕ ਕਾ ਦਾਰੁਣਾਇ ਮਹਾਰਾਜ ਕਹਿੰਦੇ ਨੇ ਆਪਖਦ ਸਭੀ ਸਾਰੀਆਂ ਬਿਮਾਰੀਆਂ ਦਾ ਇਲਾਜ ਹੈ ਪਰ ਨਿੰਦਕ ਦਾ ਕੋਈ ਇਲਾਜ ਨਹੀਂ ਗਿਆਨੀ ਜਸਵੰਤ ਸਿੰਘ ਜੀ ਪਰਵਾਨਾ ਮੰਜੀ ਸਾਹਿਬ ਆਉਂਦੇ ਨੇ ਸੰਗਤਾਂ ਨੂੰ ਨਿਹਾਲ ਕਰਦੇ ਨੇ ਬਹੁਤ ਕਿਰਪਾ ਇਸ ਤਰ੍ਹਾਂ ਕਹਿ ਲੋ ਭੀ ਉਹਨਾਂ ਦੇ ਪ੍ਰਚਾਰਕਾਂ ਵਾਸਤੇ ਬਹੁਤ ਕੁਝ ਲਿਖਿਆ। ਕੋਜੇ ਰੂਹਾਂ ਸ਼ਖਸੀਅਤਾਂ ਧੁਰ ਤੋਂ ਨਵਾਜ਼ੀਆਂ ਹੁੰਦੀਆਂ ਨੇ ਤਨ ਤਨ RAMDAS GUR JN SIRYA TINE SWARIAN। ਪਰਵਾਨਾ ਚੀ ਕਹਿੰਦੇ ਨਿੰਦਿਆ ਦੀ ਕਿਹੜੀ ਗੱਲ ਆ ਨਿੰਦਿਆ ਤੇ ਲੋਕ Guru Nanak Sahib ji ਦੀ ਵੀ ਕਰਨੋਂ ਭੈੜੇ ਨਹੀਂ ਸੀ ਪੈਂਦੇ। ਇਹ ਗੱਲ ਇਤਿਹਾਸ ਵਿੱਚ ਨਹੀਂ ਗੱਲ ਲਾਈ ਇਹ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਆਈ ਹੈ ਬਾਬਾ ਨਾਨਕ ਜੀ ਕਹਿੰਦੇ ਨੇ ਕੋਈ ਆਖੇ ਭੂਤ ਨਾ ਕੋ ਕਹ ਬੇਤਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਕੋਈ ਆਂਦਾ ਭੂਤ ਨਾ ਐਵੇਂ ਬੇਤਲਾ ਜਿਹਾ ਤੁਰਿਆ ਫਿਰਦਾ ਕੋਈ ਆਂਦਾ ਪਈ ਵਿਚਾਰਾ ਆਦਮੀ ਹੈ ਬਾਬਾ ਨਾਨਕ ਜੀ ਕਹਿੰਦੇ ਨੇ ਕੋਈ ਕੋਈ ਕਹਿੰਦਾ ਰੱਬ ਦਾ ਪਿਆਰਾ ਪਈ ਨਾਨਕ ਵਿਚਾਰਾ ਕੀ ਕਹਿੰਦਾ ਕਿਸੇ ਨੂੰ ਤੁਸੀਂ ਇਹਦੀ ਨਿੰਦਿਆ ਕੋ ਕਰਦੇ ਹੋ ਸਾ ਸੰਗਤ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਜਿਹੜਾ ਪ੍ਰਭੂ ਦਾ ਪਿਆਰਾ ਹੈ ਉਹ ਆਪਣਾ ਸਬਾਅ ਨਹੀਂ ਛੱਡਦਾ ਪਰ ਮੈਂ ਇੱਕ ਬੇਨਤੀ ਕਰਾਂਗਾ ਨਿੰਦਕ ਦੇ ਬਾਰੇ ਇਹ ਚਸਕਾ ਇੰਨਾ ਮਾੜਾ ਹੈ ਇੰਨਾ ਚਸਕਾ ਮਾੜਾ ਵੀ ਸਾਡੇ ਸਾਹਮਣੇ ਕੋਈ ਕਿਸੇ ਦੀ ਨਿੰਦਿਆ ਕਰਦਾ ਹੋਏ ਨਾ ਬੰਦਾ ਕਹਿੰਦਾ ਫਿਰ ਕੀ ਹੋਇਆ ਫਿਰ ਕੀ ਹੋਇਆ ਫਿਰ ਕੀ ਹੋਇਆ ਫਿਰ ਪਤਾ ਲੱਗੇ ਵੀ ਅਗਲੇ ਦਾ ਬੇੜਾ ਗਰਖ ਕਿਵੇਂ ਹੋਇਆ ਵੇਖੇ ਨਾ ਸਾਡਾ ਸਾਰਾ ਧਿਆਨ ਉਸ ਨਿੰਦਕ ਦੀ ਗੱਲ ਵਿੱਚ ਹੁੰਦਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਜੋ ਦੇਖਿਆ ਛਿਦਰ ਤੋਂ ਨਿੰਦਕ ਉਮਾ ਹੈ ਜਦੋਂ ਨਿੰਦਕ ਬੰਦਾ ਕਿਸੇ ਵਿੱਚ ਅਬਗੁਣ ਵੇਖਦਾ ਜਦੋਂ ਵਿੰਦਾ ਨਾ ਪੇ ਰੱਬ ਦੇ ਇਸ ਬੰਦੇ ਕੋਲੋਂ ਇਸ ਬੰਦੇ ਕੋਲੋਂ ਕੋਈ ਗਲਤੀ ਹੋ ਗਈ ਇਹਦੇ ਕੋਲ ਕੋ ਮਾੜਾ ਕੰਮ ਹੋ ਗਿਆ ਜੋ ਦੇਖਿਆ ਛਿਦਰ ਤੋਂ ਨਿੰਦਕ ਉਮਾ ਹੈ ਨਿੰਦਕ ਨੂੰ ਕਿਤੇ ਚਾ ਚੜ ਜਾਂਦੇ ਨੇ ਵੀ ਆਹ ਤੇ ਨਜ਼ਾਰੇ ਆਹ ਤੇ ਆਨੰਦ ਆਗੇ ਵੀ ਐਸ ਬੰਦੇ ਕੋਈ ਗਲਤੀ ਹੋਈ ਜੋ ਦੇਖਿਆ ਛਿਦਰ ਤੋਂ ਨਿੰਦਕ ਉਮਾ ਹੈ ਤੇ ਜੇ ਰੱਬ ਕਿਰਪਾ ਕਰੇ ਉਹਦੇ ਕੋਲ ਕੋ ਚੰਗਾ ਕੰਮ ਕਰਾ ਦੇ ਹਰ ਪਾਸੇ ਉਸਤਤ ਹੁੰਦੀ ਹੈ ਤੇ ਭਾ ਲੋ ਦੇਖ ਦੁੱਖ ਭਰੀਐ ਜੇ ਕੋ ਪ੍ਰਭੂ ਦੇ ਪਿਆਰੇ ਚੰਗਾ ਕੰਮ ਕਰਦੇ ਨੇ ਤੇ ਇਹ ਨਿੰਦਕ ਨੂੰ ਬੜਾ ਦੁੱਖ ਵਾਪਰਦਾ ਵੀ ਇਹ ਪਾਉਣਾ ਕਿ ਵਾਪਰ ਗਿਆ ਵੀ ਇਹ ਤੇ ਕੰਮ ਨਹੀਂ ਸੀ ਇਹਦੀ ਹਿੱਸੇ ਆਉਣਾ ਚਾਹੀਦਾ ਹਜੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਨੇ ਦੁਸ਼ਟਾਂ ਨਾਲ ਦੋਸਤੀ ਨਾਲ ਸੰਤਾ ਵੈਣ ਕਰਨ ਤਨ ਨਤੀਜਾ ਪਤਾ ਨਹੀਂ ਕੀ ਨਿਕਲਦਾ ਆਪ ਡੁੱਬੇ ਕੋਟਾਂਪਸੂ ਸਗਲੇ ਕੋਲ ਡਬਾਂ ਇਸ ਬੇਈਮਾਨ ਨਿੰਦਕ ਨੇ ਆਪ ਦੇ ਡੁੱਬਣਾ ਡੁੱਬਣਾ ਸੀ ਪਰਿਵਾਰ ਨੂੰ ਲੈ ਕੇ ਵਹਿ ਗਿਆ ਸਾਰੀਆਂ ਕੁਲਾਂ ਡੋਬ ਕੇ ਵਹਿ ਗਿਆ ਹਜੂਰ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਕਹਿੰਦੇ ਨੇ ਜਿਹੜਾ ਨਿੰਦਕ ਹੋਣਾ ਨਿੰਦਕ ਨਿੰਦਕ ਐਸੇ ਹੀ ਝੜ ਪਈ ਐ ਇਹ ਨਿਸ਼ਾਨੀ ਸੁਣੋ ਤੋਂ ਭਾਈ ਜਿਉ ਕਲਰ ਭੀਤ ਗਰੀ ਐ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਪੁੱਤਰੋ ਕਬਰਾਓ ਨਾ ਜਿਹੜੇ ਨਿੰਦਕ ਹੁੰਦੇ ਨੇ ਐਵੇਂ ਝੜ ਚੁੜ ਜਾਂਦੇ ਨੇ ਨਿਸ਼ਾਨੀ ਇਹ ਹੁੰਦੀ ਐ ਵੀ ਜਿਸ ਤਰ੍ਹਾਂ ਕਲਰ ਦੀ ਕੰਧ ਕਿਰ ਜਾਂਦੀ ਆ ਨਾ ਇਸ ਤਰ੍ਹਾਂ ਨਿੰਦਕ ਝੜ ਚੁੜ ਜਾਂਦੇ ਨੇ ਬਹੁਤੀ ਪਰਵਾਹ ਨਹੀਂ ਇਹਨਾਂ ਦੀ ਕਰਨੀ ਚਾਹੀਦੀ ਚਲੋ ਖੈਰ ਭਗਤ ਕਬੀਰ ਭਗਤ ਅਰਬਦਾਸ ਜੀ ਦਾ ਕ ਸ਼ਬਦ ਐ ਇਹ ਸਾਡੇ ਸਾਰਿਆਂ ਲਈ ਹੈ ਭਗਤ ਰਵਦਾਸ ਜੀ ਕਹਿੰਦੇ ਨੇ ਜਿਉ 68 ਤੀਰਥ ਨਾਵੈ ਜੇ ਕੋ ਬੰਦਾ 68 ਤੀਰਥਾਂ ਦੇ ਇਸ਼ਨਾਨ ਕਰ ਆਵੇ ਜਿਉ 68 ਤੀਰਥ ਨਾਵੈ ਜਿਉ ਦਵਾ ਦਿਸ ਸਿਲਾ ਪੂਜਾਵੈ ਇਹ ਹਿੰਦੂ ਮਤ ਦੇ 12 ਤੀਰਥਾਂ ਦੇ ਸ਼ਿਵਲੰਗ ਨੇ ਭਗਤ ਰਵਦਾਸ ਕਹਿੰਦੇ ਕੋ 12 ਸ਼ਿਮਲਾਂ ਦੀ ਤੀਰਥਾਂ ਜਾ ਕੇ ਪੂਜਾ ਵੀ ਕਰ ਲੇ ਜੀਓ 8 63 ਤੀਰਤ ਨਾਵੇ ਜੀਓ ਦਵਾ ਦੇ ਸਿਲਾ ਪੁਜਾਵੇ ਜੀਓ ਕੂਪ ਟਟਾ ਦੇਵਾਵੇ ਜੇ ਕੋ ਲੋਕਾਂ ਵਾਸਤੇ ਖੂਲਵਾ ਦੇ ਪਾਣੀ ਵਾਸਤੇ ਤਲਾਬ ਬਣਾ ਦੇ ਜੀਓ ਕੂਪ ਟਟਾ ਦੇਵਾਵੇ ਕਰੇ ਨੀਂਦ ਸਭ ਬਿਰਥਾ ਜਾਵੇ ਜਦੋਂ ਬੰਦੇ ਨੇ ਨਿੰਦਿਆ ਕੀਤੀ ਉਹਦੇ ਤੀਰਥਾਂ ਦੇ ਸ਼ਨਾਣ ਉਹਦੇ ਦਾਨ ਪੁੰਨ ਉਹਨੇ ਜਿਹੜੇ ਖੂਲਵਾਏ ਸੀ ਨਾ ਤਾਂ ਵੀ ਅਰਥ ਚਲੇ ਗਏ ਸਾਧਕਾਂ ਨਿੰਦਕ ਕੈਸੇ ਤਰੈ ਸਰਪਰ ਜਾਨੋ ਨਰਕ ਹੀ ਪਰੈ ਭਗਤ ਰਵਿਦਾਸ ਕਹਿੰਦੇ ਨੇ ਉਹ ਯਕੀਨ ਕਰੋ ਸੱਚ ਮਨੋਂ ਮੇਰੀ ਗੱਲ ਜਿਹੜਾ ਪ੍ਰਭੂ ਦੇ ਪਿਆਰੇ ਦੀ ਨਿੰਦਿਆ ਕਰਦਾ ਯਕੀਨ ਕਰੋ ਵੀ ਉਹ ਬੰਦਾ ਨਰਕਾਂ ਜੀ ਪਿਆ ਰਹਿੰਦਾ ਐ ਇੱਥੇ ਵੀ ਨਰਕ ਤੇ ਅੱਗੇ ਵੀ ਨਰਕ ਭਗਤ ਰਵਿਦਾਸ ਜੀ ਕਹਿੰਦੇ ਨੇ ਨਿੰਦਿਆ ਕਹਾ ਕਰੋ ਸੰਸਾਰਾ ਸਾਨੂੰ ਕਹਿੰਦੇ ਭਾਈ ਕਿਉਂ ਨਿੰਦਿਆ ਕਰਦੇ ਤੁਸੀਂ ਦੂਜੇ ਦੀ ਨਿੰਦਾ ਕਹਾਂ ਕਰੋ ਸੰਸਾਰਾ ਨਿੰਦਕ ਕਾ ਪ੍ਰਗਟ ਪਹਾਰਾ ਭਗਤ ਰਵਿਦਾਸ ਕਹਿੰਦੇ ਪੁੱਤਰਾ ਜਿੰਨੀ ਮਰਜੀ ਲੁਕ ਲੋ ਕੇ ਕਿਸੇ ਦੀ ਨਿੰਦਿਆ ਕਰ ਪ੍ਰਗਟ ਹੋ ਹੀ ਜਾਂਦਾ ਵੀ ਨਿੰਦਿਆ ਦੀ ਦੁਕਾਨ ਕਿੰਨੇ ਪਿੰਡ ਚ ਪਾਈ ਆ ਕਿੱਥੇ ਚੱਲਦੀ ਆ ਨਿੰਦਕ ਦੀ ਦੁਕਾਨ ਨਿੰਦਕ ਸੋਦ ਸਾਧ ਵਿਚਾਰਿਆ ਕਹੋ ਰਵਿਦਾਸ ਪਾਪੀ ਨਰਕ ਸਧਾਰਿਆ ਅਬਦਾਸ ਪਾਤੂ ਕਹਿੰਦੇ ਮੈਂ ਆਪ ਵੇਖਿਆ ਪਿੰ ਨਿੰਦਕ ਨਰਕਾਂ ਚ ਹੀ ਪਏ ਰਹਿੰਦੇ ਨੇ ਨਰਕਾਂ ਚ ਹੀ ਦਰ ਜਾਂਦੇ ਨੇ ਗਰੀਬ ਨਵਾਜ ਮਹਾਰਾਜ ਕਹਿੰਦੇ ਨੇ ਨਿੰਦਾ ਭਲੀ ਕਿਸਹਿ ਕੀ ਨਾਹੀ ਮਨ ਮੁਖ ਮੁਗਦ ਕਰਨ ਨਤੀਜਾ ਪਤਾ ਕੀ ਨਿਕਲਦਾ ਹੈ ਮੂੰਹ ਕਾਲੇ ਤੇ ਨੰਦਕਾਂ ਨਰਕੇ ਘੋਰ ਮੂੰਹ ਕਾਲਾ ਕਰਕੇ ਇਹਨਾਂ ਨੂੰ ਉਧਰ ਤੋ ਰਿਆ ਜਾਂਦਾ ਦੋਜਕ ਵਾਲੇ ਪਾਸੇ ਗਰੀਬ ਨਵਾਜ ਮਹਾਰਾਜ ਕਹਿੰਦੇ ਨੇ ਗੁਰੂ ਰਾਮਦਾਸ ਪਈ ਜੇ ਕੋ ਪ੍ਰਭੂ ਦਾ ਪਿਆਰਾ ਹੋਵੇ ਉਹਦੇ ਕੋ ਨਿੰਦਿਆ ਕਰੇ ਜੇ ਕੋ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਸਾਥ ਸਮ ਜਿਹੜਾ ਸੁਕਰਾਟ ਹੋਇਆ ਨਾ ਸੁਕਰਾਟ ਫਿਲਾਸਫਰ ਮੈਂ ਪੜਿਆ ਵੀ ਇਹ ਦੀ ਜਿਹੜੀ ਘਰ ਵਾਲੀ ਸੀ ਨਾ ਬੜੀ ਗੁੱਸੇ ਵਾਲੀ ਸੀ ਬਹੁਤ ਗੁੱਸੇ ਵਾਲੀ ਹਰ ਵੇਲੇ ਸੁਕਰਾਟ ਨੂੰ ਕੁਝ ਨਾ ਕੁਝ ਬੋਲਦੀ ਰਹਿੰਦੀ ਉਹ ਸੰਸਾਰ ਦੇ ਮਹਾਨ ਵਿਅਕਤੀ ਸੀ ਫਿਲਾਸਫਰ ਸਨ ਪਰ ਉਹ ਬੜੇ ਸ਼ਾਂਤ ਰਹਿੰਦੇ ਸਨ ਜੇ ਕੋ ਕਹਿੰਦਾ ਉਹਨਾਂ ਦੇ ਘਰ ਵਾਲੀ ਬਾਰੇ ਤੇ ਉਹ ਕਹਿੰਦੇ ਭਈ ਇਹ ਤੇ ਮੇਰੀ ਕਸਵੱਟੀ ਐ ਜਿਵੇਂ ਸਰਾਫ ਕਸਵੱਟੀ ਤੇ ਲਾ ਕੇ ਵੇਂਦਣ ਨੂੰ ਸੋਨਾ ਅਸਲੀ ਤੇ ਨਕਲੀ ਕਹਿੰਦੇ ਮੈਂ ਹਰ ਵੇਲੇ ਇਹ ਵੇਖਣਾ ਕਿ ਸੁਕਰਾਤ ਵਿੱਚ ਕਿੰਨੀ ਕੁ ਬਰਦਾਸ਼ਤ ਸ਼ਕਤੀ ਹੈ ਤੇ ਮੈਂ ਪੜਿਆ ਭਈ ਇੱਕ ਦਿਨ ਐਸੇ ਗੁੱਸੇ ਵਿੱਚ ਆਈ ਐਸੇ ਗੁੱਸੇ ਵਿੱਚ ਆਈ ਸੁਕਰਾਜ ਜੀ ਚੋਂ ਪਰ ਉਹ ਗਾਲਾਂ ਕੱਢੀ ਜੇ ਸੁਕਰਾਤ ਚੁੱਪ ਕਰਕੇ ਸੁਣੀ ਜੇ ਇੱਕ ਅਸੀਂ ਵੇਖਿਆ ਹੋਵੇਗਾ ਜਦੋਂ ਕਿਸੇ ਤੇ ਕੋਈ ਵਧੀਕੀ ਕਰਦਾ ਉਹ ਅੱਗੋਂ ਉਸਰ ਨਹੀਂ ਕਰਦਾ ਅੱਗੋਂ ਕੋ ਮਾੜਾ ਚੰਗਾ ਨਹੀਂ ਬੋਲਦਾ ਜਿਹੜਾ ਵਧੀਕੀ ਕਰਦਾ ਨਿੰਦਿਆ ਕਰਦਾ ਉਹਦਾ ਗੁੱਸਾ ਹੋਰ ਵੀ ਵਧ ਜਾਂਦਾ ਵੀ ਇਹਨੂੰ ਦੁੱਖ ਦੇਣ ਵਾਸਤੇ ਤੇ ਮੈਂ ਕੁਛ ਕਹਿ ਰਿਹਾ ਮੈਂ ਗਾਲਾਂ ਕੱਢ ਰਿਹਾ ਇਹਦੀ ਤੇ ਗਾਲਾਂ ਦੱਸ ਰਹੀ ਕੋਈ ਨਹੀਂ ਕੋ ਹੋਰ ਵੀ ਦੁਖੀ ਹੁੰਦਾ ਕਹਿੰਦੇ ਨੇ ਸੋਕਰਤ ਇੱਕ ਨੂੰ ਪਤਾ ਨਹੀਂ ਕੀ ਗੱਲ ਹੋਈ ਘਰ ਵਾਲੀ ਆਈ ਉਨੇ ਪਾਣੀ ਦੀ ਬਾਲਟੀ ਸਨੰਜਰੀ ਪਾਣੀ ਦੀ ਬਾਲਟੀ ਉਹ ਸੁਕਰਾ ਦੇ ਸਿਰ ਵਿੱਚ ਪਾ ਤੀ ਉਧਰ ਉਹ ਸਰਦੀਆਂ ਉਧਰ ਉਹ ਠੰਡ ਤੇ ਸੁਕਰਾ ਜੀ ਫੇਰ ਗੁੱਸੇ ਵਿੱਚ ਨਹੀਂ ਆਏ ਸੁਕਰਾਦ ਕਹਿਣ ਲੱਗਾ ਅਭੀ ਤੱਕ ਜੇ ਤੂੰ ਸੁਣੀ ਥਾ ਸੁਣਿਆ ਥਾ ਅਭੀ ਤੱਕ ਜੇ ਦੇ ਸੁਣਾ ਥਾ ਜੋ ਗਰਜਤੇ ਹੈ ਉਹ ਬਰਸਤੇ ਨਹੀਂ ਅੱਜ ਤੋਂ ਗਰਜ ਵੀ ਰਹੇ ਹੈ ਅੱਜ ਤੋਂ ਬਰਸ ਵੀ ਰਹੇ ਹੈ ਜਿਹੜੇ ਰੱਬ ਦੇ ਪਿਆਰੇ ਹੁੰਦੇ ਨਹੀਂ ਇੰਨਾ ਚ ਬਹੁਤ ਬਰਦਾਸ਼ਤ ਸ਼ਕਤੀ ਹੁੰਦੀ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਜੇ ਕੋ ਨਿੰਦਿਆ ਕਰੇ ਪ੍ਰਭੂ ਦਾ ਪਿਆਰਾ ਆਪਣਾ ਗੁਣ ਨਹੀਂ ਛੱਡਦਾ ਹਾਂਜੀ ਰਹਾਉ ਜੋ ਕਿਸ ਕਰੇ ਸੋ ਆਪੇ ਸੁਆਮੀ ਕਿਉਂਕਿ ਜਿਹੜਾ ਪ੍ਰਭੂ ਦਾ ਪਿਆਰਾ ਹੁੰਦਾ ਬੜੇ ਧਿਆਨ ਨਾਲ ਸੁਣਨਾ ਜਿਹੜਾ ਪ੍ਰਭੂ ਦਾ ਪਿਆਰਾ ਹੁੰਦਾ ਉਹਨੂੰ ਯਕੀਨ ਹੁੰਦਾ ਹੈ ਕਿ ਜਿਹੜਾ ਬੰਦਾ ਮੇਰੀ ਨਿੰਦਿਆ ਕਰ ਰਿਹਾ ਹੈ ਪਈ ਇਹ ਵੀ ਪਰਮੇਸ਼ਰ ਦੀ ਹੀ ਰਜ਼ਾ ਹੀ ਆ ਜੋ ਕੁਛ ਕਰਦਾ ਪਰਮੇਸ਼ਰ ਆਪ ਹੀ ਕਰਦਾ ਇਹਦੀ ਡਿਊਟੀ ਮੇਰੇ ਰੱਬ ਨੇ ਇਹ ਲਈ ਹੈ ਇਸ ਕਰਕੇ ਇਹ ਕੁਛ ਕਰਦਾ ਹਜ਼ੂਰ ਜੇ ਜੋ ਕੁਛ ਕਰੇ ਸੋ ਵਾਪੇ ਸੁਆਮੀ ਨੂੰ ਵਿਸ਼ਵਾਸ ਹੁੰਦਾ ਹੈ ਹਾਰੇ ਆਪੇ ਕਾਰ ਕਮਾਵ ਉਹ ਆਪ ਹੀ ਸਾਰੇ ਕੰਮ ਕਰਨ ਵਾਲਾ ਸਾਧ ਸੰਗਤ ਸ੍ਰੀ ਗੁਰੂ ਮਹਾਰਾਜ ਜੀ ਦਾ ਪਾਵਨ ਬਚਨ ਹੈ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਇੱਕ ਆਸਾ ਦੀ ਵਾਰ ਚ ਹਜੂਰ ਦਾ ਸ਼ਬਦ ਹੈ ਆਪੇ ਸਾਜੀ ਕਰੇ ਆਪ ਜਾਈ ਪੇ ਰਖੇ ਆਪ ਤਿਸ ਵਜਹ ਜੰਤ ਉਪਾਇ ਕੈ ਦੇਖੈ ਥਾਪ ਥਾਪ ਕਿਸ ਨੂੰ ਕਹੀ ਨਾਨਕਾ ਸਭ ਕੁਛ ਆਪਿਆ ਜੋਖਸ ਕਰਦਾ ਭਾਈ ਪਰਮੇਸ਼ਰ ਹੀ ਕਰਦਾ ਇੱਕ ਗੱਲ ਬੜੇ ਧਿਆਨ ਨਾਲ ਸਰਵਨ ਕਰਨੀ ਸਾਧ ਸੰਗਤ ਬਾਬਾ ਕਬੀਰ ਜੀ ਕਹਿੰਦੇ ਜੇ ਰੱਬ ਵੱਲ ਨਾ ਨਾ ਹੋਵੇ ਬੰਦਾ ਦੇ ਦਰਖਤ ਤੇ ਨਹੀਂ ਚੜ ਸਕਦਾ ਜਿਹੜੇ ਚੇਲੇ ਸੀ ਭਗਤ ਕਬੀਰ ਦੇ ਸਤ ਸੰਗੀ ਉਹ ਕਹਿਣ ਲੱਗੇ ਬਾਬਾ ਕਬੀਰ ਜੀ ਚਲੋ ਰੱਬ ਸਭ ਕੁਝ ਕਰਦਾ ਪਰ ਦਰਖਤ ਤੇ ਚੜਨ ਵਾਲੀ ਗੱਲ ਕਿੰਨੀ ਕੁ ਹੁੰਦੀ ਹੈ ਤੁਸੀਂ ਕਹਿੰਦੋ ਰੱਬ ਮਦਦ ਨਾ ਕਰੇ ਬੰਦਾ ਦਰਖਤ ਤੇ ਨਹੀਂ ਚੜ ਸਕਦਾ ਕਬੀਰ ਸਾਹਿਬ ਕਹਿੰਦੇ ਹੋ ਮੇਰੇ ਨਾਲ ਵੀ ਤੀ ਹੈ ਕਬੀਰ ਕਾਰਨ ਬਹੁਤ ਪਰਾ ਗਿਆ ਕਰੇ ਜੋ ਰਾਮ ਨਾ ਕਰੇ ਸਹਾਈ ਜਿਹੇ ਜੇ ਡਾਲੀ ਪਗਤਰੋਂ ਸੋਈ ਮੋਰ ਮੁਰ ਜਾਏ ਬਾਬਾ ਕਬੀਰ ਜੀ ਕਹਿੰਦੇ ਇੱਕ ਦਿਨ ਮਤ ਰਖਤ ਤੇ ਚੜ ਲੱਗਾ ਜਿਹੜੀ ਟਾਣੀ ਦੇ ਪੈਰ ਧਰਾਂ ਉਹੀ ਟਾਣੀ ਟੁੱਟ ਜਾਏ ਜਿਹੜੀ ਟਾਣੀ ਦੇ ਪੈਰ ਧਰਾਂ ਉਹੀ ਟਾਣੀ ਟੁੱਟ ਜੇ ਭਾਬ ਕੇ ਬੰਦਾ ਜਿੰਨੇ ਮਰਜੀ ਉਦਮ ਕਰੇ ਬੰਦਾ ਜਿਸ ਕੰਮ ਨੂੰ ਹੱਥ ਪਾਉਂਦਾ ਕੰਮ ਹੀ ਸਿਰੇ ਨਹੀਂ ਚੜਦਾ ਜੇ ਰੱਬ ਵੱਲ ਨਾ ਹੋਵੇ ਤੇ ਫਿਰ ਦਰਘਤ ਤਾਂ ਦਾ ਇੱਕ ਬਹਾਨਾ ਹੈ ਬਾਬਾ ਕਬੀਰ ਜੀ ਕਹਿੰਦੇ ਰੱਬ ਵਾਲਾ ਨਾ ਨਾ ਹੋਵੇ ਮਿੱਤਰੋ ਬੰਦੇ ਦਾ ਕੋਈ ਕੰਮ ਸਿਰੇ ਨਹੀਂ ਚੜਦਾ ਇਸੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਨੇ ਅਰਦਾਸ ਬਿਨਾ ਜੋ ਕਾਜ ਸੁਧਾਵੈ ਗੋਬਿੰਦ ਸਿੰਘ ਉਹ ਸੇਖ ਨਾ ਪਾਵੇ ਹਰ ਕੰਮ ਕਰਨ ਤੋਂ ਪਹਿਲਾਂ ਅਰਦਾਸ ਕਰਨੀ ਆ ਵਾਹਿਗੁਰੂ ਮਹਾਰਾਜ ਜੀ ਸਹਾਇਤਾ ਕਰੋ ਅਸੀਂ ਸੋਚਿਆ ਵੀ ਆਨੰਦ ਕਾਰਜ ਤੇ ਹੀ ਆਈ ਇਹ ਪੰਗਤੀ ਪੜਨ ਵਾਲੀ ਕੀਤਾ ਲੋੜ ਜਾਂ ਕੰਮ ਸੋ ਹਰ ਪਿਆ ਕੀ ਕਾਰਜ ਦੇ ਸਵਾਰ ਸਤਗੁਰੂ ਸਾਧ ਸਾਖੀ ਹੈ ਇਹ ਕੇਵਲ ਨੰਦਕਾਰਜ ਤੇ ਪੜਨ ਵਾਸਤੇ ਪੰਗਤੀ ਹੈ ਹਜ਼ੂਰ ਕਹਿੰਦੇ ਨੇ ਭਾਈ ਜੇ ਤੂੰ ਚਾਹਣਾ ਤੇਰਾ ਕੰਮ ਸਿਰੇ ਚੜ ਜੇ ਤੇ ਫਿਰ ਉਹਦੇ ਅਗੇ ਅਰਦਾਸ ਕਰਿਆ ਕਰ ਅਰਦਾਸ ਕਰਕੇ ਸ਼ੁਰੂ ਕਰਿਆ ਕਰ ਚਲੋ ਖਿਆਰ ਗਰੀਬ ਨਵਾਜ਼ ਮਹਾਰਾਜ ਕਹਿੰਦੇ ਨੇ ਪ੍ਰਭੂ ਦੇ ਪਿਆਰ ਨੂੰ ਵਿਸ਼ਵਾਸ ਹੁੰਦਾ ਜੋ ਕੁਛ ਕਰੇ ਸੋ ਵਾਪੇ ਸੁਆਮੀ ਹਰ ਆਪੇ ਕਾਰ ਕਮਾਵੇ ਆਪ ਹੀ ਸਾਰੀਆਂ ਆ ਆਪ ਹੀ ਸਾਰੇ ਕੰਮ ਕਰਦਾ ਹੈ ਹਾਂਜੀ ਹਾਰੇ ਆਪੇ ਹੀ ਮਤ ਦੇਵੇ ਸੁਆਮੀ ਹਜ਼ੂਰ ਕਹਿੰਦੇ ਨੇ ਮੇਰਾ ਮਾਲਕ ਆਪ ਹੀ ਸਾਰੇ ਨੂੰ ਮਤ ਸਮਤ ਬਖਸ਼ਣ ਵਾਲਾ ਹੈ ਹਾਰੇ ਆਪੇ ਬੋਲ ਬੁਲਾਵ ਸਾਧ ਸੰਗਤ ਇਸੇ ਕਰਕੇ ਤੇ ਹਜ਼ੂਰ ਕਹਿੰਦੇ ਨੇ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੋਤੇ ਆਈ ਤੂੰ ਕਰੋ ਦਇਆ ਮੇਰੇ ਸਾਈਂ ਹਜ਼ੂਰ ਕਹਿੰਦੇ ਮੇਰੇ ਤੇ ਦਇਆ ਕਰੋ ਮੇਰੇ ਤੇ ਕਿਰਪਾ ਕਰੋ ਮੈਨੂੰ ਇਹੋ ਜੀ ਮਤ ਦਿਓ ਮੈਂ ਸਦਾ ਤੁਹਾਨੂੰ ਹੀ ਤੇਉਂਦਾਰ ਰਹਾਂ ਜਦੋਂ ਸਿੱਖ ਬਾਣੀ ਪੜਦਾ ਸਹਿਜ ਪਾਠ ਕਰਦਾ ਹੁਕਮਨਾਮਾ ਸਾਹਿਬੀ ਕਈ ਵਾਰੀ ਆਉਂਦਾ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਮੈਂ ਦੀਜੈ ਬੁੱਧ ਬਵੇਕ ਬਵੇਕ ਬੁੱਧ ਉਹਨੂੰ ਕਹਿੰਦੇ ਨੇ ਜਦੋਂ ਬੰਦ ਨੂੰ ਸਮਝ ਆ ਜਾਏ ਚੰਗਾ ਕੀ ਹੈ ਮਾੜਾ ਕੀ ਹੈ ਪਾਪ ਕੀ ਹੈ ਪੁੰਨ ਕੀ ਹੈ ਬਵੇਕ ਬੁੱਧ ਕਹਿੰਦੇ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਮੈਨੂੰ ਬਵੇਕ ਬੁੱਧ ਬਖਸ਼ੋ ਸਾਧ ਸੰਗਤ ਜਦੋਂ ਸਿੱਖ ਅਰਦਾਸ ਕਰਦਾ ਬੜੇ ਪਿਆਰ ਨਾਲ ਕਹਿੰਦਾ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਹੈ ਵਾਹਿਗੁਰੂ ਜੀ ਸਿੱਖਾਂ ਦਾ ਮਨ ਨੀਵਾ ਰੱਖੀ ਮਤ ਉੱਚੀ ਕਰੇ ਤੇ ਮਹਾਰਾਜ ਇਸ ਮਤ ਦਾ ਰਾਖਾ ਤੂੰ ਹੀ ਆ ਗਰੀਬ ਨਵਾਜ ਮਹਾਰਾਜ ਕਹਿੰਦੇ ਆਪ ਹੀ ਸਾਰਿਆਂ ਨੂੰ ਮਤ ਦਿੰਦਾ ਆਪ ਹੀ ਬੋਲਦਾ ਤੇ ਆਪ ਹੀ ਬੁਲਾਉਂਦਾ ਹੈ ਹਾਰੇ ਆਪੇ ਪੰਜ ਤਤ ਵਿਸਥਾਰਾ ਪਰਮੇਸ਼ਰ ਨੇ ਆਪ ਹੀ ਪੰਜ ਤਤ ਪੈਦਾ ਕਰਕੇ ਉਹਨਾਂ ਦਾ ਵਿਸਥਾਰ ਕੀਤਾ ਹੋਇਆ ਹੈ ਵਿਚ ਤਾਤੂ ਪੰਜ ਆਪ ਪਾਵ ਕੀ ਜਿਹੜੇ ਪੰਜ ਤਤ ਹਨ ਜਲ ਹੋ ਗਿਆ ਅਗਨੀ ਹੋ ਗਈ ਪ੍ਰithvi ਵਾਯੂ ਆਕਾਸ਼ ਇਹਨਾਂ ਵਿੱਚ ਜਿਹੜਿਆ ਅਸਲ ਚੀਜ਼ ਪਾਈ ਆ ਨਾ ਇਹਨਾਂ ਪੰਜਾਂ ਤੱਤਾਂ ਦੇ ਵਿੱਚ ਜਿਹੜੇ ਰਸ ਪਾਏ ਨੇ ਭਾਵ ਕੇ ਪੰਜ ਵਿਕਾਰ ਵੀ ਇਹਨਾਂ ਪੰਜਾਂ ਤੱਤਾਂ ਵਿੱਚ ਹੀ ਪਾਏ ਨੇ ਪਰਮੇਸ਼ਰ ਨੇ ਪਹਿਲਾਂ ਪੰਜ ਤੱਤ ਪੈਦਾ ਕੀਤੇ ਉਹਨਾਂ ਤੋਂ ਸ੍ਰਿਸ਼ਟੀ ਪੈਦਾ ਕੀਤੀ ਉਹਨਾਂ ਪੰਜਾਂ ਤੱਤਾਂ ਵਿੱਚ ਰਸ ਵੀ ਪੈਦਾ ਕੀਤੇ ਨੇ ਹਜ਼ੂਰ ਕਹਿੰਦੇ ਆਪ ਹੀ ਪੰਜ ਤਤ ਪੈਦਾ ਕਰਕੇ ਇਹਨਾਂ ਦਾ ਵਿਸਥਾਰ ਕਰਦਾ ਹੈ ਜਨ ਨਾਨਕ ਸਤ ਗੁਰ ਮੇਲੀ ਆਪੇ ਹਜ਼ੂਰ ਕਹਿੰਦੇ ਨੇ ਜਿਹਨੂੰ ਮੇਰਾ ਮਾਲਕ ਕਿਰਪਾ ਕਰਕੇ ਆਪਣੇ ਨਾਲ ਮੇਲ ਲੈਂਦਾ ਹੈ ਹਾਰੇ ਆਪੇ ਝਗੜ ਚੁਕਾਵੇ ਮੇਰਾ ਮਾਲਕ ਕਿਰਪਾ ਕਰਕੇ ਹਜ਼ੂਰ ਕਹਿੰਦੇ ਨੇ ਅੰਦਰੋਂ ਖਿੱਚੋ ਤਾਣ ਹਰ ਵੇਲੇ ਜਿਹੜਾ ਕਲੇਸ਼ ਮਚਿਆ ਰਿਹਾ ਜਾਂਦਾ ਝਗੜਾ ਪੈ ਰਿਹਾ ਜਾਂਦਾ ਮੇਰਾ ਮਾਲਕ ਆਪ ਹੀ ਉਹਦੇ ਤੋਂ ਨਜਾਦ ਦਵਾਉਂਦਾ ਹੈ ਆਪ ਹੀ ਉਹਦੇ ਤੋਂ ਬਚਾ ਲੈਂਦਾ ਹੈ ਸਾਧ ਸੰਗਤ ਅੱਜ ਸਹਿਬਜ਼ਾਦਾ ਬਾਬਾ ਜੋਰਾਵਾਰ ਸਿੰਘ ਹੋਰਾਂ ਦਾ ਵੀ ਜਨਮ ਹੈ ਪਹਿਲੀ ਬੇਨਤੀ ਹੈ ਵੀ ਸਾਰੇ ਪੰਥ ਨੂੰ ਮੁਬਾਰਕਾ ਹੋਣ ਵਧਾਈਆਂ ਹੋਣ ਸਾਧ ਸੰਗਤ ਜਦੋਂ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਸਾਜਿਆ ਗਿਆ ਅੰਮ੍ਰਿਤ ਛਕਾਇਆ ਗਿਆ ਪੰਥ ਨੂੰ ਉਸ ਵੇਲੇ ਇਤਿਹਾਸ ਕਹਿੰਦਾ ਮਾਤਾ ਗੁਜਰੀ ਜੀ ਨੇ ਬਾਬਾ ਜੀਤ ਸਿੰਘ ਪੋਤਰੇ ਨੂੰ ਤਿਆਰ ਕੀਤਾ ਸਹਿਬਜ਼ਾਦਾ ਜੋਹਾਰ ਸਿੰਘ ਨੂੰ ਤਿਆਰ ਕੀਤਾ ਬਾਬਾ ਜੀ ਸਿੰਘ ਹੋਰੀ ਉਸ ਵੇਲੇ 14 ਸਾਲਾਂ ਦੇ ਸੀ ਬਾਬਾ ਜੋਗਾਰ ਸਿੰਘ ਜੀ 10 ਸਾਲਾਂ ਦੇ ਸੀ ਬਾਬਾ ਜੋਰਾਵਾਰ ਸਿੰਘ ਹੋਰੀ 14 ਸਾਲਾਂ ਦੇ ਸੀ ਮਾਤਾ ਗੁਜਰੀ ਜੀ ਨੇ ਤਿੰਨਾਂ ਪੋਤਰਿਆਂ ਨੂੰ ਤਿਆਰ ਕੀਤਾ ਵੀ ਇਹਨਾਂ ਨੂੰ ਹੀ ਅਮਰਤ ਸ਼ਕਾਵਾਂ ਕਹਿੰਦੇ ਨੇ ਮਾਤਾ ਸੁੰਦਰੀ ਜੀ ਆਖਣ ਲੱਗੇ ਮਾਂ ਜੀ ਜੋਰਾਵਾਰ ਸਿੰਘ ਦਾ ਜੇ 14 ਸਾਲ بڑا ਛੋਟਾ ਹੈ ਜੋਰਾਵਾਰ ਸਿੰਘ ਮਾਂ ਗੁਜਰੀ ਜੀ ਜੋਰਾਵਾਰ ਸਿੰਘ ਸਹਜਾ ਦੇਨੂ ਸੀਨੇ ਨਾਲ ਲਾ ਕੇ ਮੱਥਾ ਚੁੰਮ ਕੇ ਆਖਣ ਲਗੀ ਨਾ ਪੁੱਤਰ ਇਸ ਤਰ੍ਹਾਂ ਨਾ ਫਿਰ ਆਖੀ ਵੀ ਇਹ ਛੋਟਾ ਹੈ ਇਹਨੂੰ ਦੁਬਾਰਾ ਛੋਟਾ ਨਾ ਆਖੀ ਮੇਰਾ ਪੁੱਤਰ ਇਹ ਛੋਟਾ ਨਹੀਂ ਬੜੀ ਵੱਡੀ ਆਤਮਵਸਥਾ ਦਾ ਮਾਲਕ ਹੋਏਗਾ ਤੇ ਸੀਨੇ ਨਾਲ ਲਾ ਕੇ ਮਾਂ ਗੁਜਰੀ ਆਪਣੇ ਪੋਤਰੇ ਦਾ ਮੱਥਾ ਚੁੰਮ ਕੇ ਆਖਣ ਲਗੀ ਨੀ ਕੁੜੇ ਇਹ ਛੋਟਾ ਨਹੀਂ ਇਹ ਬਾਬਾ ਹੈ ਬਾਬਾ ਸਾਧ ਸੰਗਤ ਫਿਰ ਬਾਬਿਆਂ ਵਾਲੇ ਕੰਮ ਕਰਕੇ ਵਿਖਾਇਆ ਸਰਹੰਦ ਦੇ ਵਿੱਚ ਮੁਗਲ ਹਕੂਮਤ ਦੀ ਹਾਰ ਹੋਈ ਬਾਬਾ ਜੋਰਾਵਾਰ ਸਿੰਘ ਫਤਿਹ ਸਿੰਘ ਜਿੱਤ ਹੋਈ ਸਾਧ ਸੰਗਤ ਸਹਬਜਾਦੇ ਤੇ ਪਾਪ ਕੀ ਹੈ ਗੁਰੂ ਨਾਨਕ ਸਾਹਿਬ ਜਿਹੜੇ ਗੁਰੂ ਸਾਹਿਬ ਦੇ ਪੁੱਤਰ ਨੇ ਉਹਨਾਂ ਨੂੰ ਸਹਬਜਾਦੇ ਕਿਹਾ ਜਾਂਦਾ ਸੀ ਪਰ ਇੱਕ ਗੱਲ ਯਾਦ ਰੱਖੀਏ ਜਿਹੜੇ ਗੁਰੂ ਸਾਹਿਬ ਦੇ ਸਹਬਜਾਦੇ ਸਨ ਪਾਪ ਕੇ ਸੁਪੁੱਤਰ ਜਿਹੜੇ ਗੁਰੂ ਸਹਿਬਾਨਾਂ ਦੇ ਸਹਬਜ਼ਾਦੇ ਸੇਵਾ ਸਿਮਰਨ ਪਰਖ ਪਾਰ ਪਾਸ ਕਰਕੇ ਗੁਰੂ ਬਣ ਗਏ ਜਾਂ ਪੰਥ ਉਹਨਾਂ ਨੂੰ ਮੰਨਦਾ ਤੇ ਜਾਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਾਰ ਸਹਬਜ਼ਾਦਿਆਂ ਨੂੰ ਮੰਨਦਾ ਮੰਨਦਾ ਨਹੀਂ ਸਿੱਖ ਹਰ ਰੋਜ਼ ਅਰਦਾਸ ਕਰਦਾ ਇਹਨਾਂ ਨੂੰ ਯਾਦ ਕਰਦਾ ਗੁਰੂ ਸਹਿਬਾਨਾਂ ਤੋਂ ਬਾ ਪੰਜਾ ਪਿਆਰਿਆਂ ਚੋਂ ਸਹਬਜ਼ਾਦਿਆਂ ਜਾਂ ਤੇ ਖਾਲਸਾ ਪੰਥ ਉਹਨਾਂ ਨੂੰ ਮੰਨਦਾ ਵੀ ਜਿਹੜੇ ਸਹਬਜ਼ਾਦੇ ਗੁਰੂ ਦੀ ਪਦਵੀ ਤੱਕ ਪਹੁੰਚ ਕੇ ਜਾਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਾਰ ਸਾਹਿਬਜ਼ਾਦੇ ਸਾਰਾ ਪੰਥ ਜਿਹੜਾ ਨਮਸਕਾਰਾਂ ਕਰਦਾ ਹੈ ਹਰ ਉਜਾਦ ਕਰਦਾ ਹੈ ਆਓ ਜੀ ਇਹ ਸ਼ਬਦੀ ਅਰਥ ਕਰੀਏ ਜੋ ਲੜੀਵਾਰ ਕਥਾ ਚੱਲ ਰਹੀ ਹੈ ਹਾਂਜੀ RAMKALI ghar doja banarasi tap kar ulta teerath mara ਸਾਧ ਸੰਗਤ ਇਹ ਜਿਹੜੇ ਧਰਮ ਦੇ ਨਾਂ ਤੇ ਫੋਕਟ ਕਰਮ ਕਾਂਡਸਾ ਉਹਨਾਂ ਦਾ ਜ਼ਿਕਰ ਕੀਤਾ ਹੈ ਭਗਤ ਨਾਮਦੇਵ ਜੀ ਕਹਿੰਦੇ ਨੇ ਜੇ ਕੋਈ ਬੰਦਾ ਬਨਾਰਸ ਵਿੱਚ ਜਾ ਕੇ ਪੁੱਠਾ ਲੜਕ ਕੇ ਤਪ ਕਰੇ ਅਗਣ ਦਹ ਕਾਇਆ ਕਲਪ ਕੀਜੈ ਜੇ ਕੋਈ ਤੀਰਥਾਂ ਤੇ ਜਾ ਕੇ ਸਰੀਰ ਛੱਡ ਦੇ ਸਰੀਰ ਛੱਡ ਦੇ ਜਾਂ ਆਪਣੇ ਆਪ ਮੱਗ ਵਿੱਚ ਵੀ ਸਾੜ ਲਏ ਆਪਣੀ ਕਾਇਆ ਕਲਪ ਕੀਜੈ ਪਾਪ ਕੇ ਜੜੀਆਂ ਬੂਟੀਆਂ ਦੇ ਨਾਲ ਯੋਗਾ ਅਭਿਆਸ ਦੇ ਨਾਲ ਆਪਣੀ ਉਮਰ ਵੀ ਬੇਸ਼ੱਕ ਲੰਬੀ ਕਰ ਲਏ ਅਸਮੇਤ ਜਗ ਕੀਜਾ ਸੋਨਾ ਗਰਬ ਦਾਨ ਦੀਜਾ ਭਾਵੇਂ ਕੋ ਅਸਮੇਤ ਜਗ ਕਰ ਲੇ ਜਿਸ ਜਗ ਵਿੱਚ ਘੋੜਿਆਂ ਦੀ ਕੁਰਬਾਨੀ ਦਿੱਤੀ ਜਾਂਦੀ ਸੀ ਉਹਨੂੰ ਅਸਮੇਤ ਜਗ ਕਹਿੰਦੇ ਭਗਤ ਜੀ ਕਹਿੰਦੇ ਭਾਵੇਂ ਕੋ ਅਸਮੇਤ ਜਗ ਕਰ ਲੇ ਫਲ ਦੇ ਵਿੱਚ ਸੋਨਾ ਲੁਕਾ ਕੇ ਦਾਨ ਕਰਨਾ ਵੀ ਗੁਪਤ ਦਾਨ ਕਰਨਾ ਹੈ ਰਾਮ ਨਾਮ ਸਰ ਤਉ ਨਾ ਪੂਜਾ ਭਗਤ ਨਾਮਦੇਵ ਜੀ ਕਹਿੰਦੇ ਸੰਸਾਰ ਦੇ ਲੋਕੋ ਇਹ ਗੱਲਾਂ ਪਰਮੇਸ਼ਰ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੀਆਂ ਛੋੜ ਛੋੜੇ ਪਖੰਡੀ ਮਨ ਕਪਟ ਨਾ ਕੀਜੈ ਭਗਤ ਜੀ ਕਹਿੰਦੇ ਨੇ ਹੇ ਮੇਰੇ ਪਖੰਡੀ ਮਨ ਛੱਡ ਦੇ ਇਹ ਕਪਟ ਇਹ ਕਪਟ ਚੰਗੇ ਨਹੀਂ ਹਨ ਹਰ ਕਾ ਨਾਮ ਨਿਤ ਨਿਤ ਹੰ ਲੀਜੈ ਪਰਮੇਸ਼ਰ ਦਾ ਨਾਮ ਨੇਤੀ ਲਿਆ ਕਰ ਨੇਤੀ ਉਹਦਾ ਨਾਮ ਜਪਣਾ ਚਾਹੀਦਾ ਹੈ ਰਹਾਉ ਗੰਗਾ ਜੋ ਗੋਦਾਵਰ ਜਾਈਐ ਜੇ ਕੋ ਗੰਗਾ ਤੀਰਥ ਤੇ ਚਲਾ ਜਾਏ ਗੋਦਾਵਰੀ ਨਦੀ ਤੇ ਚਲਾ ਜਾਏ ਕੁੰਭ ਜੋ ਕੇਦਾਰ ਨਾਈਐ ਕੁੰਭ ਦੇ ਮੇਲਿਆਂ ਤੇ ਇਸ਼ਨਾਨ ਕਰਦਾ ਫਿਰ ਇਹ ਕਦਾਰ ਤੀਰਥ ਤੇ ਵੀ ਚਲਾ ਜਾਏ ਗੋਮਤੀ ਸਾਹਸ ਗਊ ਦਾਨ ਕੀਜੈ ਜੇ ਕੋ ਗੋਮਤੀ ਨਦੀ ਤੇ ਜਾ ਕੇ ਹਜ਼ਾਰਾਂ ਗਊਆਂ ਦਾਨ ਕਰਦੇ ਕੋਟ ਜੋ ਤੀਰਥ ਕਰਾ ਭਾਵੇਂ ਕੋ ਕਰੋੜਾਂ ਤੀਰਥਾਂ ਦੇ ਇਸ਼ਨਾਨ ਕਰ ਲੈ ਤਨ ਜੋ ਹਿਵਾਲੇ ਗਾਰ ਜੋ ਕੋਈ ਹਿਮਾਲਾ ਪਰਬਤ ਜਾ ਕੇ ਬਰਫ਼ ਵਿੱਚ ਭਗਤੀ ਕਰਦਾ ਕਰਦਾ ਆਪਣਾ ਸ਼ਰੀਰ ਵੀ ਗਾਲ ਲੈ RAM ਨਾਮ ਸਰ ਤਉ ਨਾ ਪੂਜਾ ਭਗਤ ਜੀ ਕਹਿੰਦੇ ਮਿੱਤਰਾ ਇਹ ਗੱਲਾਂ ਪਰਮੇਸ਼ਰ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੀਆਂ ਆਸਵਾਨ ਗਜਦਾਨ ਸਹਿਜਾ ਨਾਰੀ ਭੂਮદાન ਭਾਵੇਂ ਕੋ ਘੋੜੇ ਦਾਨ ਕਰ ਲੈ ਹਾਥੀ ਦਾਨ ਕਰ ਲੈ ਵੇਖੋ ਕਿਸੇ ਸਮੇਂ ਚ ਲੋਕ ਇਸਤਰੀਆਂ ਵੀ ਦਾਨ ਕਰ ਦਿੰਦੇ ਭਗਤ ਜੀ ਕਹਿੰਦੇ ਪੁੱਤਰਾ ਭਾਵੇਂ ਇਸਤਰੀ ਵੀ ਦਾਨ ਕਰ ਦੇ ਭੂਮਿਦਾਨ ਭਾਵੇਂ ਕੋ ਜਮੀਨ ਦਾਨ ਕਰ ਦੇ ਐਸੋ ਦਾਨ ਨਿਤ ਨਿਤ ਹੈ ਕੀਜਾ ਇਹੋ ਜੇ ਦਾਨ ਸਾਲ ਬਾਅਦ ਨਹੀਂ ਮਹੀਨੇ ਬਾਅਦ ਨਹੀਂ ਇਹੋ ਜੇ ਦਾਨ ਭਾਵੇਂ ਮਿੱਤਰਾ ਤੋਂ ਹਰ ਰੋਜ਼ ਹੀ ਕਰਦਾ ਰਹੇ ਆਤਮ ਜੋ ਨਿਰਮਾਇਲ ਕੀਜੈ ਭਾਵੇਂ ਤੂੰ ਆਪਣਾ ਆਪ ਕੁਰਬਾਨ ਵੀ ਕਰਦੇਂ ਆਪ ਬਰਾਬਰ ਕੰਚਨ ਦੀਜੈ ਆਪਣੇ ਬਰਾਬਰ ਦਾ ਤੋਲ ਕੇ ਜੇ ਤੂੰ ਸੋਨਾ ਵੀ ਦਾਨ ਕਰਦੇਂ RAM ਨਾਮ ਸਰ ਤਉ ਨਾ ਪੂਜੈ ਭਗਤ ਨਾਮਦਾਵ ਕਹਿੰਦੇ ਪੁੱਤਰਾ ਇਹ ਗੱਲਾਂ ਪਰਮੇਸ਼ਰ ਦੇ ਨਾਮ ਦੀ ਬਰਾਬਰਤਾ ਨਹੀਂ ਕਰ ਸਕਦੀਆਂ ਮਨਹਿ ਨ ਕੀਜਾ ਰੋਸ ਜਮਹਿ ਨ ਦੀਜਾ ਦੂਸ ਬੜੇ ਧਿਆਨ ਨਾਲ ਸਰਮ ਕਰਨਾ ਭਗਤ ਨਾਮਦੇਵ ਕਹਿੰਦੇ ਭਈ ਮਿੱਤਰ ਜਦੋਂ ਜਮਦੂਤ ਆਉਣਗੇ ਨਾ ਤੇਰੇ ਕੋਲ ਤੂੰ ਪਤਾ ਕੀ ਕਹਿਣਾ ਮੈਂ ਜੀ ਧਾਨਪੂਣ ਬੜਾ ਕੀਤਾ ਮੈਂ ਤੀਰਥ ਯਾਤਰਾ ਬੜੀ ਕੀਤੀ ਮੈਂ ਤੇ ਗੁਪਤਦਾਨ ਬੜੇ ਕੀਤੇ ਫਲ ਦੇ ਵਿੱਚ ਸੋਨਾ ਲੁਕਾ ਲਗਾ ਕੇ ਪੇਟਾ ਕੀਤਾ ਮੈਂ ਤੇ ਜ਼ਮੀਨ ਜਾਇਦਾਦ ਕਰ ਦਿੱਤੀ ਤੁਸੀਂ ਕਿਦਨ ਆ ਗਏ ਹਾਂਜੀ ਭਗਤ ਜੀ ਦਾ ਅਗਲਾ ਬਚਨ ਸੁਣੋ ਜੀ ਹਾਂਜੀ ਨਿਰਮਲ ਨਿਰਵਾਣ ਪਦ ਚੀਨ ਲਈ ਜਾ ਭਗਤ ਜੀ ਕਹਿੰਦੇ ਨੇ ਪੁੱਤਰਾ ਮਣੇ ਨਾ ਕੀਜੈ ਰੋਸ ਜਮੇ ਨਾ ਦੀਜੈ ਤੂੰ ਸ ਜਮਦੂਤਾ ਨੂੰ ਦੋਸ਼ ਨਾ ਫਿਰ ਤੂੰ ਦੇਈ ਮੈਨੂੰ ਲੈਣ ਵਾਸਤੇ ਕਿਉਂ ਆ ਗਏ ਭਈ ਜੰਮਾ ਨੂੰ ਦੋਸ਼ ਨਾ ਦੇਈ ਭਗਤ ਜੀ ਕਹਿੰਦੇ ਨੇ ਇੱਕ ਕੰਮ ਕਰਨਾ ਚਾਹੀਦਾ ਉਹ ਅਵਸਥਾ ਜਿਹਦੇ ਤੇ ਕੋਈ ਕਾਮਨਾ ਬਾਕੀ ਨਹੀਂ ਰਹਿ ਜਾਂਦੀ ਉਸ ਅਵਸਥਾ ਦਾ ਸਾਂਝ ਪਾਉਣੀ ਚਾਹੀਦੀ ਹੈ ਜਸਰਥ ਰਾਏ ਨੰਦ ਰਾਜਾ ਮੇਰਾ ਰਾਮਚੰਦ ਪ੍ਰਣਾਵ ਨਾਮਾ ਤਤ ਰਸ ਅੰਮ੍ਰਿਤ ਬੀਜ ਭਗਤ ਨਾਮਦੇਵ ਜੀ ਕਹਿੰਦੇ ਨੇ ਪਰਮੇਸ਼ਰ ਦੇ ਨਾਮ ਦਾ ਰਸ ਪੀਣਾ ਬਸ ਇਹੀ ਹੈ ਮੇਰੇ ਵਾਸਤੇ ਰਾਜੇ ਜਸਰਤ ਦਾ ਜਿਹੜਾ ਪੁੱਤਰ ਰਾਮਚੰਦਰ ਸੀ ਹੁਣ ਮੇਰੇ ਵਾਸਤੇ ਰਾਮਚੰਦਰ ਕਿਹੜਾ ਪਰਮੇਸ਼ਰ ਦਾ ਨਾਮ ਜਪਦਾ ਹਾਂ ਰਸ ਲੈਂਦਾ ਹਾਂ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੋਟਾਣ ਕੋਟ ਸ਼ੁਕਰ ਆਪ ਦੇ ਦੀਦਾਰ ਬਖਸ਼ੇ ਹਨ ਗੁਰੂ ਜੀ ਨੇ ਤਰਸ ਬਾਨਣ ਕਰਕੇ ਸਾਰੇ ਸ਼ਰੋਣੀ ਗੁਰਦਵਾਰਾ ਪ੍ਰਬੰਧਕ ਮੈਂ ਸਾਰੇ ਪ੍ਰਬੰਧ ਦਾ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਹੋਰਾਂ ਬੜੇ ਪਿਆਰ ਨਾਲ ਪਾਠ ਕੀਤਾ ਦਿਲਰਾਸੇ ਹੋਰਾਂ ਨੇ ਗੁਰੂ ਮਹਾਰਾਜ ਕਿਰਪਾ ਕਰੇ ਗੁਰੂ ਬਖਸ਼ਨਾਰ ਪੰਥ ਬਖਸ਼ਨਾਰ ਸਾਰੇ ਫਤਿਹ ਬੱਲਾ ਹੀ ਆਖਰੀ ਪੰਕਤੀ ਸਰਵਨ ਕਰਕੇ ਜੀ ਹਾਂ ਜਨਹ ਨ ਕੀਜਾ ਰੋਸ ਜਮਹ ਨ ਦੀਜਾ ਦੋਸ ਨਿਰਮਲ ਨਰਬਾਨ ਪਾਦ ਜੀ ਨ ਲੀਜਾ ਜਸਰਥ ਰਾਏ ਨੰਦ ਰਾਜਾ ਮੇਰਾ ਰਾਮਚੰਦ ਪ੍ਰਣਾਵੈ ਨਾਮਾ ਤਤ ਰਸ ਅੰਮ੍ਰਿਤ ਬੀਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ